22 साल हो गए मैनू, आई थिंक वन और टू टाइम देखिया, एक दो बारी लाइट इतने कट लगा आ। तुसी 20 सालां दे विच हॉस्पिटल विच एक या दो बारी लाइट जांदी देखी है, ਉਹ ਵੀ ਤੁਹਾਨੂੰ ਪਹਿਲਾਂ ਇਨਫੋਰਮੇਸ਼ਨ ਸੀਗੀ ਕਿ ਲਾਈਟ ਜਾਊਗੀ? ਨਹੀਂ ਜੀ ਨਹੀਂ, ਹਸਪੀਟਲ ਦੇ ਵਿੱਚ ਨਹੀਂ। ਅੱਛਾ, ਆਮ ਘਰਾਂ ਵਿੱਚ? ਆਮ ਘਰਾਂ ਵਿੱਚ। ਹਾਂਜੀ, ਹਸਪੀਟਲ ਤਾਂ ਤੁਸੀਂ ਭੁੱਲ ਜਾਓਗੇ, ਹਸਪੀਟਲ 'ਚ ਕਦੀ ਲਾਈਟ ਜਾਊਗੀ ਨੈਵਰ, ਇਹ ਨਹੀਂ ਹੋਊਗਾ, ਇਹ ਨਹੀਂ ਹੁੰਦਾ। ਤੁਸੀਂ 22 ਸਾਲਾਂ ਦੇ ਵਿੱਚ ਘਰਾਂ 'ਚ ਹੀ ਦੋ ਵਾਰੀ ਲਾਈਟ ਜਾਂਦੀ ਦੇਖੀ ਹੈ? ਹਾਂਜੀ, ਅਸੀਂ ਜਦੋਂ ਸੈਟਅਪ ਲਾ ਰਹੇ ਸੀ ਤਾਂ ਮਗਰਲੇ 22 ਮਿੰਟਾਂ ਵਿੱਚ ਹੀ ਅਸੀਂ 3-4 ਵਾਰੀ ਲਾਈਟ ਜਾਂਦੀ ਵੇਖੀ ਪੰਜਾਬ 'ਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਗਏ ਹੋ ਦਾ ਯਾਦ ਓਪਨ ਮਾਈਕ ਦੇ ਨਾਲ। ਅੱਜ ਗੱਲਬਾਤ ਕਰਾਂਗੇ ਵਿਸ਼ੇਸ਼ ਤੌਰ 'ਤੇ ਯੂਕੇ ਲੰਡਨ ਤੋਂ ਸਾਡੇ ਗੈਸਟ ਰਹਿਣਗੇ ਸਰਦੀਪ ਕੌਰ, ਜਿਹੜੇ ਸਾਨੂੰ ਦੱਸਣਗੇ ਕਿ ਉੱਥੋਂ ਦਾ ਮੈਡੀਕਲ ਸਿਸਟਮ ਅਤੇ ਪੰਜਾਬ ਭਾਰਤ ਦਾ ਮੈਡੀਕਲ ਸਿਸਟਮ, ਜਾਂ ਕਹਿ ਦਈਏ ਕਿ ਉੱਥੋਂ ਦਾ ਇਲਾਜ ਅਤੇ ਇੱਥੋਂ ਦਾ ਇਲਾਜ, ਉਹਦੇ 'ਚ ਫਰਕ ਕੀ ਹੈ, ਉੱਥੋਂ ਦੀਆਂ ਸੇਵਾਵਾਂ ਕਿਸ ਤਰੀਕੇ ਦੀਆਂ, ਪੂਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸ਼ੁਕਰਗੁਜ਼ਾਰ ਹਾਂ ਜੀ, ਕਿਉਂਕਿ ਜੇਕਰ ਅਸੀਂ ਯੂਕੇ ਦੀ ਗੱਲ ਕਰੀਏ, ਲੰਡਨ ਦੀ ਗੱਲ ਕਰੀਏ, ਤਾਂ ਬਹੁਤ ਟਾਈਟ ਸ਼ਡਿਊਲ ਹੁੰਦੇ ਆ, ਪਰ ਫਿਰ ਵੀ ਤੁਸੀਂ ਸਾਡੇ ਨਾਲ ਜੁੜੇ ਹੋ। ਬੇਸਿਕ ਤੌਰ 'ਤੇ ਜੇਕਰ ਮੈਂ ਗੱਲ ਕਰਾਂ ਤਾਂ ਪਿਛਲੇ 20 ਸਾਲਾਂ ਤੋਂ ਤੁਸੀਂ ਮੈਡੀਕਲ ਸਿਸਟਮ ਨੂੰ ਬੜਾ ਨੇੜਿਓਂ ਦੇਖ ਰਹੇ ਹੋ, ਉਹਦੇ ਵਿੱਚ ਜੇਕਰ ਬੇਸਿਕ ਦੇਖੀਏ, ਅਸੀਂ ਸ਼ੁਰੂਆਤ ਵਿੱਚ ਦੇਖੀਏ, ਤਾਂ ਮੋਟੇ ਜਿਹੇ ਫਰਕ ਕੀ ਤੁਹਾਨੂੰ ਲੱਗਦੇ ਨੇ, ਜਿਹੜੇ ਲੱਗਦਾ ਕਿ ਟਿਪਸ 'ਤੇ ਹੀ ਹੈ ਕਿ ਆਹ 3-4 ਫਰਕ ਤਾਂ ਹੈਗੇ ਹੀ ਨੇ ਪੰਜਾਬ ਦੇ ਸਿਸਟਮ ਦੇ ਨਾਲੋਂ ਯੂਕੇ ਦੇ ਮੈਡੀਕਲ ਸਿਸਟਮ ਦੇ? ਜੀ, ਸਭ ਤੋਂ ਵੱਡੀ ਗੱਲ ਇਹ ਕਿ ਇੱਥੇ ਫ੍ਰੀ ਸਿਸਟਮ ਆ, ਫ੍ਰੀ ਆ ਮੈਡੀਕਲ ਜੀ, ਤੇ ਇੰਡੀਆ ਦੇ ਵਿੱਚ ਤਾਂ ਪੇ ਕਰਨਾ ਪੈਂਦਾ ਪੈਸੇ, ਉਹ ਬਹੁਤ ਵੱਡਾ ਇੱਕ ਗੱਲ ਆ ਕਿ ਸਾਡੇ ਸਿਰ ਤੇ ਇੱਕ ਵੱਡਾ ਭਾਰ ਆ, ਬੋਝ ਹੁੰਦਾ ਨਾ, ਪਰ ਇੱਥੇ ਤਾਂ ਤੁਸੀਂ ਕਹਿ ਲਓ ਡਾਕਟਰ ਤੁਹਾਨੂੰ ਫੋਲੋ ਕਰਦੇ ਨੇ ਕਿ ਤੁਹਾਡਾ ਇਹ ਚੀਜ਼ ਆਉਣੀ ਆ, ਹੁਣ ਇਹ ਜਿੱਦਾਂ ਲਾਈਕ ਹੁਣ ਵੈਦਰ ਚੇਂਜ ਹੋ ਰਿਹਾ, ਸਪਟੈਂਬਰ ਦੇ ਵਿੱਚ ਆ ਅਸੀਂ, ਫਲੂ ਜਾਬ ਮਿਲਣੀ ਆ, ਤੇ ਤੁਹਾਡੇ ਘਰੇ ਜਿੱਦਾਂ ਬਜ਼ੁਰਗਾਂ ਨੂੰ ਜਾਂ ਜਿਹੜੇ ਵੀ ਟਾਈਟਲ ਹੁੰਦੇ ਨੇ ਉਹ ਫਲੂ ਜਾਬ ਦੇ, ਤੁਹਾਡੇ ਘਰੇ ਲੈਟਰਸ ਆ ਜਾਣਗੀਆਂ, ਪਹਿਲਾਂ ਹੀ ਤੁਹਾਨੂੰ ਅਵੇਅਰ ਕਰ ਦੇਣਗੇ ਕਿ ਤੁਹਾਡਾ ਇੰਜੈਕਸ਼ਨ ਲੈਣੇ ਨੇ ਨਾ, ਤੇ ਆਪਾਂ ਇੰਡੀਆ ਦੇ ਵਿੱਚ ਤਾਂ ਖੁਦ ਚੱਕਰ ਮਾਰਦੇ ਰਹਿੰਦੇ ਹਾਂ ਕਿ ਸਾਨੂੰ ਇਹ ਚੀਜ਼ ਚਾਹੀਦੀ ਆ, ਅਤੇ ਹਾਰਡ ਆ ਜਿੱਦਾਂ ਆਈ ਥਿੰਕ, ਪਰ ਇੱਥੋਂ ਦਾ ਬੈਸਟ ਟ੍ਰੀਟਮੈਂਟ ਹੈ ਇਨ ਦਾ ਵਰਲਡ ਆਈ ਥਿੰਕ। ਫਿਰ ਮੇਰੇ ਕੋਲ ਜਿਹੜਾ ਅਗਲਾ ਸਵਾਲ ਸੀ ਉਹ ਇਹ ਸੀਗਾ ਕਿ ਇਲਾਜ ਸਸਤਾ ਕਿੱਥੋਂ ਹੁੰਦਾ ਹੈ, ਪਰ ਤੁਸੀਂ ਪਹਿਲੇ ਵਿੱਚ ਹੀ ਬੜਾ ਕਲੀਅਰ ਉੱਤਰ ਦੇ ਦਿੱਤਾ ਕਿ ਯੂਕੇ ਦੇ ਵਿੱਚ ਤਾਂ ਇਲਾਜ ਪੂਰੇ ਤਰੀਕੇ ਦੇ ਨਾਲ ਸਸਤਾ ਹੀ ਹੈ, ਅਤੇ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀ ਚੀਜ਼ ਸਸਤੀ ਹੋ ਜਾਂਦੀ ਹੈ, ਫ੍ਰੀ ਹੋ ਜਾਂਦੀ ਹੈ, ਉਹ ਖਤਮ ਹੋ ਜਾਂਦੀ ਹੈ, ਅਤੇ ਜਿਹੜੀ ਚੀਜ਼ ਮਹਿੰਗੀ ਹੁੰਦੀ ਹੈ ਉਹ VIP ਹੋ ਜਾਂਦੀ ਹੈ, ਤਾਂ ਕਰਕੇ ਦੋਨੇ ਚੀਜ਼ਾਂ ਹੀ ਆਮ ਬੰਦੇ ਦੀ ਰੀਚ ਤੋਂ ਤਾਂ ਬਾਹਰ ਚਲੀਆਂ ਜਾਂਦੀਆਂ। ਪਰ ਕੀ ਯੂਕੇ ਦੇ ਵਿੱਚ ਸਸਤਾ ਜਾਂ ਫ੍ਰੀ ਇਹ ਸ਼ਬਦ ਜਦੋਂ ਐਡ ਹੁੰਦੇ ਨੇ ਤਾਂ ਸਿਚੁਏਸ਼ਨ ਪੰਜਾਬ ਵਰਗੀ ਤਾਂ ਨਹੀਂ ਹੋ ਜਾਂਦੀ ਕਿ ਸਸਤਾ ਅਤੇ ਫ੍ਰੀ ਤਾਂ ਕਹਿ ਦਿੱਤਾ ਪਰ ਬਹੁਤ ਕੁਝ ਅਵੇਲੇਬਲ ਆ ਜਿਹੜਾ ਉਹ ਆਮ ਲੋਕਾਂ ਨੂੰ ਨਹੀਂ ਹੋਊਗਾ? ਨਹੀਂ ਜੀ, ਇੱਥੇ ਇਸ ਕੰਟਰੀ ਇਹਨਾਂ ਕੰਟਰੀ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਹਰ ਪਰਸਨ ਨੂੰ ਈਕੁਅਲੀ ਟ੍ਰੀਟ ਕੀਤਾ ਜਾਂਦਾ ਜੀ, ਹਰ ਕਿਸੇ ਤੋਂ ਆਪਣਾ GP ਹੁੰਦਾ, ਡਾਕਟਰ ਹੁੰਦਾ, ਔਰ ਜੇ ਕੋਈ ਪ੍ਰੋਬਲਮ ਹੋ ਵੀ ਜਾਂਦੀ ਹੈ ਤਾਂ GP ਰੈਫਰ ਕਰਦੇ ਨੇ ਹੋਸਪਿਟਲ ਪੇਸ਼ੈਂਟ ਨੂੰ, ਅਤੇ ਉਹ ਮਤਲਬ ਕਿ ਬੰਦੇ ਦੇ ਨਾਲੋਂ ਡਾਕਟਰ ਜ਼ਿਆਦਾ ਖਿਆਲ ਰੱਖਦੇ ਨੇ ਉਸ ਬੰਦੇ ਦੀ ਬਿਮਾਰੀਆਂ ਦਾ ਜੀ, ਕਿ ਇਹਨਾਂ ਨੂੰ ਇਹ ਪ੍ਰੋਬਲਮ ਹੋਈ, ਅਤੇ ਉਹਨਾਂ ਦੀ ਰਿਸਪੋਂਸਿਬਿਲਟੀ ਆ ਉਹਨਾਂ ਨੂੰ ਦੱਸਣਾ ਕਿ ਇਹ ਚੀਜ਼ ਹੋ ਗਈ ਹੈ ਅਤੇ ਤੁਸੀਂ ਇਹ ਕਰੋ, ਬਲੱਡ ਟੈਸਟ ਲਈ ਜਾਵੋ, ਜਾਂ ਜੋ ਵੀ ਕੁਛ ਵੀ ਪ੍ਰੋਬਲਮਸ ਆਊਗੀ ਉਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਚੀਜ਼ ਫ੍ਰੀ ਆ ਜਾਂ ਜੋ ਵੀ ਆ, ਜਾਂ ਇਹਨੂੰ ਮਿਲਣੀ ਆ ਇਹਨੂੰ ਨਹੀਂ ਮਿਲਣੀ, ਐਵਰੀਵਨ ਕਹਿੰਦਾ ਸਾਰਿਆਂ ਦੇ ਲਈ ਉਹ ਅਵੇਲੇਬਲ ਆ, ਫ੍ਰੀ ਆ, ਸਾਰੇ ਜਾਂ। ਮੈਡੀਕਲ ਸਿਸਟਮ ਦੇ ਵਿੱਚ ਦੋ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ, ਇੱਕ ਹੁੰਦੀ ਆ ਸਟਾਫ ਅਤੇ ਡਾਕਟਰਾਂ ਦੀ ਸੇਫਟੀ ਨਾਲ ਜੁੜੀ ਹੋਈ ਗੱਲਬਾਤ, ਇੱਕ ਹੁੰਦੀ ਆ ਸਫਾਈ ਨਾਲ ਜੁੜੀ ਹੋਈ ਗੱਲਬਾਤ। ਮੈਂ ਇੱਥੇ ਕੋਈ ਨਿੰਦ ਨਹੀਂ ਰਿਹਾ ਭਾਰਤ ਤੋਂ ਜੇਕਰ ਤੁਹਾਡੇ ਨਾਲ ਗੱਲ ਕਰ ਰਿਹਾ ਜਾਂ ਪੰਜਾਬ ਤੋਂ ਗੱਲਬਾਤ ਕਰ ਰਿਹਾ, ਮੈਂ ਅਸਲੀਅਤ ਦੱਸ ਰਿਹਾ ਸੇਫਟੀ ਦੀ ਗੱਲਬਾਤ। ਪਿਛਲੇ ਦਿਨੀ ਕੋਲਕਾਤਾ ਦੇ ਵਿੱਚ ਜੋ ਇੱਕ ਡਾਕਟਰ ਦੇ ਨਾਲ ਬਲਾਤਕਾਰ ਹੋਇਆ ਉਹ ਪੂਰੇ ਵਿਸ਼ਵ ਨੇ ਵੇਖੀ, ਅਤੇ ਸਫਾਈ ਦੀ ਗੱਲਬਾਤ ਤੁਸੀਂ ਆਪ ਲਗਾਤਾਰ ਮੀਡੀਆ ਦੇ ਵਿੱਚ ਸਾਡੇ ਹੋਸਪਿਟਲਾਂ ਦੀ ਦੇਖਦੇ ਹੋ, ਮੈਂ ਜਾਣਨਾ ਚਾਹੂੰਗਾ ਕਿ UK ਵਿੱਚ ਵੀ ਇਸ ਤਰੀਕੇ ਦੇ ਨਾਲ ਹੁੰਦਾ ਹੈ, ਜਾਂ ਉੱਥੇ ਸੇਫਟੀ ਐਂਡ ਸਿਕਿਉਰਿਟੀ ਉਹ ਕਿਸ ਤਰੀਕੇ ਦੀ ਹੁੰਦੀ ਹੈ? ਇਹ ਜਿੱਦਾਂ ਇਹਨਾਂ ਕੰਟਰੀ ਦੇ ਵਿੱਚ ਨਾ ਸੇਫਟੀ ਐਂਡ ਸਿਕਿਉਰਿਟੀ ਪਹਿਲਾ ਰਾਈਟ ਆ, ਜਿੱਦਾਂ ਨਾ ਪਹਿਲਾ ਰਾਈਟ ਆ ਸੇਫਟੀ, ਐਨੀਬੋਡੀ ਕਿਸੇ ਦੇ ਲਈ ਵੀ ਹਰ ਜਗ੍ਹਾ ਦੇ ਉੱਤੇ ਸੇਫਟੀ ਬਹੁਤ ਇੰਪੋਰਟੈਂਟ ਆ। ਅਤੇ ਜਿੱਦਾਂ ਤੁਸੀਂ ਗੱਲ ਕਰਦੇ ਸਫਾਈ ਇੱਥੇ ਇੰਨੀ ਆ ਜੀ, ਜਿਵੇਂ ਕਹਿ ਲਓ ਕਿ 5-star ਹੋਟਲਸ ਹੁੰਦੇ ਨੇ ਨਾ, ਇੰਨੀ ਜ਼ਿਆਦਾ ਸਫਾਈ ਹੁੰਦੀ ਹੈ, ਔਰ ਫਿਰ ਇੱਥੇ ਅਵੇਲੇਬਲ ਹੁੰਦਾ ਹਾਊਸ ਕੀਪਿੰਗ ਸਟਾਫ, ਆਲਵੇਜ਼ ਅਵੇਲੇਬਲ ਹੁੰਦਾ ਇਹਦਾ ਹੋਸਪਿਟਲ, ਹੋਸਪਿਟਲ ਦੇ ਵਿੱਚ ਹੁੰਦੇ ਨੇ ਉਹ ਜਿਹੜੇ ਕੰਮ ਕਰ ਰਹੇ ਨੇ, ਹਰ ਕੋਈ ਆਪਣੀ ਆਪਣੀ ਡਿਊਟੀਜ਼ ਪੂਰੇ ਆਪਣੇ ਉਹ ਜਿੱਦਾਂ ਕਹਿੰਦੇ ਇਮਾਨਦਾਰੀ ਨਾਲ ਨਿਭਾਉਂਦੇ ਨੇ, ਕੋਈ ਵੀ ਕੋਈ ਸ਼ਾਰਟਕੱਟ ਨਹੀਂ ਕਦੇ ਵੀ ਕਿਤੇ ਕੀਤਾ ਜਾਂਦਾ।
ਕਿ ਉਹ ਸਾਫ ਕਲੀਨ, ਕਿਉਂਕਿ ਸਾਰੇ ਕੰਮ ਕਰਨ ਵਾਲੇ ਵੀ ਤਾਂ ਆਪਾਂ ਹੀ ਆ ਨਾ, ਬਿਲਕੁਲ, ਇੱਥੇ ਹਰ ਕੋਈ ਆਪਣੀ ਜ਼ਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾਉਂਦਾ ਹੈ। ਔਰ ਤੁਸੀਂ ਦੂਜੀ ਗੱਲ, ਸੋਰੀ ਟੂ ਸੇ, ਜੋ ਕੈਲਕਟਾ ਵਿੱਚ ਹੋਇਆ ਜੀ, ਉਹ ਬਹੁਤ ਦੁੱਖ ਗੱਲਾਂ ਹੈਗੀਆਂ ਇਹ ਜਿਹੜੀਆਂ, ਹੁਣ ਵੀ ਇੰਡੀਆ ਦੇ ਵਿੱਚ ਇੰਨੇ ਸਾਲ ਹੋਣ ਤੋਂ ਬਾਅਦ ਵੀ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ। ਇੱਕ ਪਾਸੇ ਕਹਿ ਰਹੇ ਕਿ ਆਪਾਂ ਇੰਨੀ ਮਤਲਬ ਇੰਡੀਪੈਂਡੈਂਟ ਹੋ ਗਏ ਹਾਂ ਜਾਂ ਕੁਛ ਵੀ ਆ, ਹੈ ਨਾ ਜੀ, ਅਤੇ ਇੱਥੇ ਤੋਂ ਜਿੱਥੇ ਪੇਸ਼ੈਂਟ ਰਹਿ ਰਹੇ ਹੁੰਦੇ ਨੇ, ਪੇਸ਼ੈਂਟ ਸੋਰੀ ਜਿੱਥੇ ਪੇਸ਼ੈਂਟ ਹੋਊਗਾ ਉੱਥੇ ਕੈਮਰੇ ਲੱਗੇ ਹੁੰਦੇ ਨੇ ਉਹਨਾਂ ਦੀ ਸਿਕਿਉਰਟੀ ਦੇ ਵਾਸਤੇ, ਕਿ ਉਹਨਾਂ ਨੂੰ ਵੀ ਦੇਖਿਆ ਜਾਂਦਾ ਕਿ ਸਾਰਾ ਕੁਛ ਠੀਕ ਆ। ਈਵਨ ਜਦੋਂ ਡਾਕਟਰ ਵੀ ਕਿਸੇ ਪੇਸ਼ੈਂਟ ਨੂੰ ਚੈੱਕ ਕਰਦੇ ਨੇ, ਅਟੈਂਡ ਕਰਦੇ, ਦੋ ਪਰਸਨ ਹੋਣਗੇ ਕਿ ਕੋਈ ਨਾ ਕਹਿ ਦੇ ਕਿ ਸਾਨੂੰ ਇਹਨਾਂ ਨੇ ਮਤਲਬ ਕਿ ਕੁਛ ਵੀ ਗਲਤ ਕੀਤਾ ਹੈਗਾ ਜਾਂ ਕੁਛ ਵੀ ਗੱਲ ਇਹੋ ਜਿਹੀ ਹੈਗੀ ਆ। ਹਾਂਜੀ, ਇੰਨੀ ਸਿਕਿਉਰਟੀ ਹੁੰਦੀ ਆ ਕਿ ਡਾਕਟਰ ਆਪਣੀ ਜੋਬ 'ਤੇ ਆਪਣੀ ਵਧੀਆ ਢੰਗ ਦੇ ਨਾਲ ਉਹ ਆਪਣਾ ਨਿਭਾਉਂਦੇ ਨੇ ਸਾਰਾ ਕੁਛ। ਹਾਂਜੀ, ਇੰਨਾ ਇੱਥੇ ਇੱਕ ਦੂਜੇ ਦਾ ਖਿਆਲ ਰੱਖਿਆ ਜਾਂਦਾ, ਰੂਲਸ ਫੋਲੋ ਕੀਤੇ ਜਾਂਦੇ ਆ। ਹਾਂਜੀ, ਇੱਕ ਮੇਰਾ ਆਪਣਾ ਸਵਾਲ ਹੈ, ਉਹ ਮੈਂ ਜ਼ਰੂਰ ਕਰੂੰਗਾ, ਉਹ ਇਹ ਹੈ ਕਿ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਅਮੈਰੀਕਾ, ਕੈਨੇਡਾ ਅਤੇ ਯੂਕੇ ਦੇ ਵਿੱਚ ਜਾ ਵਸੀਆਂ, ਸਫਾਈ ਤਾਂ ਹੁੰਦੀ ਹੈ ਪਰ ਹਾਲੇ ਵੀ, ਮੈਂ ਸ਼ਬਦ ਵਰਤਿਆ ਹਾਲੇ ਵੀ, ਹਾਲੇ ਵੀ ਕਿਹੜੀ ਕਮਿਊਨਿਟੀ ਹੈ ਜਿਹੜੀ ਸਫਾਈ ਦਾ ਘੱਟ ਖਿਆਲ ਰੱਖਦੀ ਹੈ ਜਾਂ ਕਹਿ ਦਈਏ ਕਿ ਹੋਸਪਿਟਲ ਦੇ ਵਿੱਚ ਉਹ ਰਫ ਵੇ ਦੇ ਨਾਲ ਵਿਚਰਦੇ ਨੇ? ਇੱਥੇ ਕਈ ਚੀਜ਼ਾਂ ਜਿੱਦਾਂ ਹੁਣ ਨਵੇਂ ਨਵੇਂ ਲੋਕ ਆ ਰਹੇ ਨੇ, ਹੈ ਨਾ, ਤੋ ਆਪਣਾ ਕਲਚਰ ਨਾਲ ਲੈ ਕੇ ਆਉਂਦੇ ਨੇ, ਬਿਲਕੁਲ ਸੋਚਦੇ ਨੇ ਸਾਨੂੰ ਤਾਂ ਕੋਈ ਨਹੀਂ ਦੇਖਦਾ, ਅਸੀਂ ਜਿੱਥੇ ਮਰਜ਼ੀ ਡ੍ਰੌਪ ਕਰ ਦਈਏ, ਹੈ ਨਾ, ਪਰ ਉਹ ਇਹ ਨਹੀਂ ਸੋਚਦੇ ਲੰਘਣਾ ਤਾਂ ਅਸੀਂ ਹਾਂ ਜਾਂ ਚੀਜ਼ ਯੂਜ਼ ਅਸੀਂ ਕਰ, ਹੈ ਨਾ, ਮਤਲਬ ਕਿ ਇੱਥੇ ਇੱਕ ਟਾਈਮ ਆਉਣਾ ਉਹਨਾਂ ਨੂੰ ਸਮਝ ਆ ਜਾਣੀ ਹੈ ਕਿ ਮਤਲਬ ਜੋ ਵੀ ਇਹ ਸਹੂਲਤਾਂ ਨੇ ਸੁੱਖ ਸਹੂਲਤਾਂ ਸਾਡੇ ਲਈ ਨੇ, ਤਾਂ ਅਸੀਂ ਇਹਨਾਂ ਦੀ ਖਿਆਲ ਰੱਖਾਂਗੇ ਤਾਂ ਅਸੀਂ ਸੁੱਖ ਪਾਵਾਂਗੇ, ਜੇ ਇਹਨਾਂ ਨੂੰ ਬ੍ਰੇਕ ਕਰਾਂਗੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਇੱਥੇ ਬਹੁਤ ਜਲਦੀ ਹੀ ਕੈਚ ਕਰ ਲਿਆ ਜਾਂਦਾ, ਕਿਉਂਕਿ ਕੈਮਰਾਜ਼ ਲੱਗੇ ਹੋਏ ਨੇ ਇੱਥੇ, ਇੱਥੇ ਮਸ਼ੀਨਾਂ ਬੰਦੇ ਨੂੰ ਕੰਟਰੋਲ ਕਰ ਲੈਂਦੀਆਂ, ਚੈੱਕ ਕਰ ਲੈਂਦੀਆਂ ਵੀ ਕਿਹਨੇ ਕੀ ਕੀਤਾ, ਸੋ ਝੂਠ ਤੁਸੀਂ ਬੋਲ ਨਹੀਂ ਸਕਦੇ ਜ਼ਿਆਦਾ, ਦੇਖ ਲੈਣਾ ਉਹਨਾਂ ਨੇ। ਪਰ ਫਿਰ ਵੀ ਕਿਹੜੀ ਕਮਿਊਨਿਟੀ ਹੈ ਜਿਹੜੀ ਇਗਨੋਰ ਕਰ ਜਾਂਦੀ ਆ ਸਿਸਟਮ ਦੇ ਇਹਨਾਂ ਰੂਲਸ ਨੂੰ, ਕਿਉਂਕਿ ਤੁਸੀਂ ਕਹਿਣਾ ਕਿ ਅਸੀਂ ਕਲਚਰ ਨਾਲ ਲੈ ਜਾਂਦੇ ਹਾਂ, ਕਿਉਂਕਿ ਕਲਚਰ ਜਦੋਂ ਬੰਦਾ ਨਾਲ ਲੈ ਕੇ ਜਾਂਦਾ ਉਹਦਾ ਵੇਟ ਤਾਂ ਹੁੰਦਾ ਹੀ ਨਹੀਂ, ਅਸੀਂ ਤਾਂ ਬੈਗ ਤੋਲ ਕੇ ਏਅਰਪੋਰਟ ਤੋਂ ਸ਼ਿਫਟ ਕਰਦੇ ਹਾਂ ਅਤੇ ਦਿਮਾਗ ਵਿੱਚ ਕੀ ਕੁਛ ਚਲਾ ਗਿਆ ਉਹ ਕਦੇ ਵੇਟ ਨਹੀਂ ਹੁੰਦਾ ਗਾ ਉਹਦਾ, ਤਾਂ ਕਲਚਰ ਦਾ ਵੀ ਕੋਈ ਵੇਟ ਨਹੀਂ ਹੁੰਦਾ, ਉਹ ਤਾਂ ਸਿਰਫ ਤੁਸੀਂ ਉੱਥੇ ਜਾ ਕੇ ਪ੍ਰਗਟਾਵਾ ਕਰਨਾ ਹੁੰਦਾ। ਇਹ ਗੱਲ ਹੈਗੀ ਹੈ ਕਿ ਜਿੱਦਾਂ ਹੁਣ ਅਸੀਂ ਜਿਹਦੇ ਤੋਂ ਇੱਥੋਂ ਦੇ ਨੇ, ਇੱਥੇ ਬੋਰਨ ਹੋਏ ਨੇ, ਜੰਮੇ ਨੇ ਇੱਥੇ, ਇੱਥੋਂ ਸਾਰਾ ਕੁਛ ਸਿੱਖਿਆ ਆ, ਉਹਨਾਂ ਨੂੰ ਤਾਂ ਤੁਸੀਂ ਸੱਚ ਜਾਣਿਓ, ਜਿਵੇਂ ਉਹ ਸਕੂਲ ਦੇ ਵਿੱਚ ਜਾਂਦੇ ਨੇ ਪਹਿਲੇ ਦਿਨ ਤੋਂ, ਉਹਨਾਂ ਨੂੰ ਇਹੀ ਸਿਖਾਇਆ ਜਾਂਦਾ ਕਿ ਸਭ ਤੋਂ ਪਹਿਲਾ ਲੈਸਨ ਇਹੀ ਹੁੰਦਾ ਉਹਨਾਂ ਦਾ ਕਿ ਟਾਈਮ ਸਿਰ ਆਉਣਾ, ਤੁਸੀਂ ਟਾਈਮ 'ਤੇ ਹਰ ਚੀਜ਼ 'ਤੇ ਪਹੁੰਚਣਾ, ਹਰ ਚੀਜ਼ ਨੂੰ ਟਾਈਮ ਸਿਰ ਕਰਨਾ, ਫਸਟ ਲੈਸਨ ਆ। ਕਈ ਵਾਰੀ ਮੈਨੂੰ ਸੋਚ ਕੇ ਇੱਦਾਂ ਹੁੰਦਾ, ਇੱਕ ਹਾਸੇ ਦੀ ਗੱਲ ਹੈਗੀ ਕਿ ਜਿੱਦਾਂ ਮੈਨੂੰ ਤਾਂ ਲੱਗਦਾ ਆਪਾਂ ਇੰਡੀਅਨ ਲੋਕ ਜੋ ਹੈਗੇ ਨੇ ਉਹਨਾਂ ਨੇ ਕਦੇ ਇਹ ਨਹੀਂ ਲਰਨ ਸਿੱਖੀ ਨਹੀਂ ਹੈਗੀ ਗੱਲ ਕਿ ਅਸੀਂ ਟਾਈਮ ਸਿਰ ਜਾਣਾ ਹੈਗਾ, ਅਸੀਂ ਤਾਂ ਪਹਿਲੇ ਲੈਸਨ ਵਿੱਚ ਹੀ ਫੇਲ ਆ ਮੈਨੂੰ ਲੱਗਦਾ, ਆਲਵੇਜ਼ ਲੇਟ ਹੁੰਦੇ ਹਾਂ, ਕਦੇ ਵੀ ਕਿਤੇ ਦੇਖ ਲਓ ਲੇਟ ਹੁੰਦੇ ਹਾਂ ਬਹੁਤ ਅਸੀਂ, ਹੈ ਨਾ। ਪਰ ਇੱਥੇ ਇਹੀ ਚੀਜ਼ ਹੈ, ਜੇ ਉਹ ਜੇ ਆਪਾਂ 9 o'clock ਕਿਤੇ ਪਹੁੰਚਣਾ 9 o'clock, ਅਤੇ ਉਹਦੇ ਵਿੱਚ ਉਹ 5 ਮਿੰਟ 10 ਮਿੰਟ ਸਾਰੇ ਪਹਿਲਾਂ ਪਹੁੰਚ ਜਾਣਗੇ, ਇਹ ਥੋੜ੍ਹੇ ਰੂਲਸ ਨੇ। ਐਂਡ ਸੈਕਿੰਡ, ਜਿੱਦਾਂ ਇਹ ਬੱਚੇ ਜਿਹੜੇ ਇੱਥੋਂ ਦੇ ਸਿੱਖਦੇ ਨੇ ਨਾ, ਫਿਰ ਉਹ ਕਦੇ ਨਹੀਂ ਸਿੱਖਣਗੇ ਕਿ ਅਸੀਂ ਡਸਟਬਿਨ ਤੋਂ ਬਾਹਰ ਚੀਜ਼ ਸਿੱਟਾਂਗੇ, ਉਹ ਵਿੱਚ ਹੀ ਸਿੱਟਣਗੇ, ਕਦੇ ਨਹੀਂ ਬਾਹਰ ਖਲਾਰਾ ਨਹੀਂ ਪਾਉਣਗੇ ਉਹ ਗੰਦ, ਹੈ ਨਾ। ਅਤੇ ਜਿਹੜੇ ਹਾਂਜੀ ਜਿਹੜੇ ਆਉਂਦੇ ਨੇ, ਮੈਨੂੰ ਲੱਗਦਾ ਪਤਾ ਨਹੀਂ ਲਰਨ ਆਪਾਂ ਇੱਦਾਂ ਕੀਤਾ ਹੁੰਦਾ ਉੱਥੇ, ਜਾਂ ਪਤਾ ਨਹੀਂ ਕਿਉਂ ਸਾਡਾ ਇੱਦਾਂ ਹੁੰਦਾ ਕਿ ਅਸੀਂ ਲਾਗੇ ਪਿਆ ਡਸਟਬਿਨ ਉਹਦੇ ਵਿੱਚ ਨਹੀਂ ਸਿੱਟਾਂਗੇ, ਸਾਨੂੰ ਖੁਸ਼ੀ ਮਿਲਣੀ ਹੈ ਬਾਹਰ ਸੁੱਟ ਕੇ, ਪਰ ਦੱਸ ਤਾਂ ਵੀ ਇੱਦਾਂ ਹੀ ਹੈਗੇ ਹਾਂ ਅਸੀਂ, ਪਰ ਟਾਈਮ ਲੱਗਦਾ, ਪਰ ਹੌਲੀ ਹੌਲੀ ਫਿਰ ਸਿੱਖ ਜਾਂਦੇ ਨੇ, ਥੋੜ੍ਹਾ ਟਾਈਮ ਲੱਗਦਾ, ਪਰ ਇੱਥੋਂ ਦੇ ਜੰਮਦੇ ਹੀ ਸਿੱਖ ਲੈਂਦੇ ਨੇ ਕਿ ਨਹੀਂ ਅਸੀਂ ਇੱਦਾਂ। ਸੋ ਇੱਥੇ ਇਹ ਪ੍ਰੋਬਲਮ ਜਿੱਦਾਂ ਨਾ ਹੁੰਦੀਆਂ ਨੇ, ਉਹਨਾਂ ਨੂੰ ਪਤਾ ਹੁੰਦਾ ਸਹੀ ਚੀਜ਼ ਨੂੰ ਸਹੀ ਟਾਈਮ 'ਤੇ ਯੂਜ਼ ਕਰਨਾ, ਅਸੀਂ ਇਹ ਜਿੱਦਾਂ ਇਹ ਚੀਜ਼ ਇੱਥੇ ਰੱਖਣੀ ਆ ਜਾਂ ਇਹ ਚੀਜ਼ ਅਸੀਂ ਲਈ ਆ ਅਸੀਂ ਯੂਜ਼ ਕਰਕੇ ਸਹੀ, ਉਹ ਮੀਨਸ ਉਹ ਨਹੀਂ ਕਰਦੇ। ਹਾਂਜੀ, ਇਹ ਗੱਲ ਹੈਗੀ ਆ, ਹੁਣ ਜਿਹੜੇ ਹੋਰ ਆ ਰਹੇ ਨੇ ਉਹ ਥੋੜ੍ਹੀ ਦੇਰ ਕਰਦੇ ਨੇ ਫਿਰ ਹੌਲੀ ਹੌਲੀ, ਪਰ ਇੱਥੇ ਫਾਈਨ ਵੀ ਹੋ ਜਾਂਦਾ ਜੇ ਤੁਸੀਂ ਨਹੀਂ ਮੰਨਦੇ, ਇੱਕ ਵਾਰੀ ਦੋ ਵਾਰੀ ਫਿਰ ਪੈਸੇ ਦੇਣੇ ਪੈਣੇ ਆ, ਫਿਰ ਆਪਣੇ ਆਪ ਪਤਾ ਲੱਗ ਜਾਣਾ ਕਿ ਨਹੀਂ ਜੇ ਰੱਬ ਚਿੱਟੇ ਸਿੱਟਿਆ ਤਾਂ ਫਿਰ ਫਾਈਨ ਹੋ ਜਾਣਾ, ਕਰਦੇ ਨੇ ਇੱਦਾਂ ਜੀ। ਹਾਂਜੀ, ਕਰ ਦਿੰਦੇ ਨੇ, ਜਿੱਦਾਂ ਫਲਾਈ ਟਿਪ ਹੁੰਦੇ ਨੇ ਆਪਣੇ ਬਹੁਤ ਕਰਦੇ ਨੇ, ਜਾ ਕੇ ਸੁੱਟ ਕੇ ਆ ਜਾਂਦੇ, ਫਿਰ ਹੌਲੀ ਹੌਲੀ ਉਹਨਾਂ ਨੂੰ ਪਕੜ ਲੈਂਦੇ ਉਹ, ਫਿਰ ਜਦੋਂ ਵੱਡੇ ਫਾਈਨ ਹੋ ਜਾਂਦੇ ਨੇ ਫਿਰ ਉਹ ਫਿਰ ਨਹੀਂ ਕਰਦੇ, ਕਿ ਇੱਕ ਚੀਜ਼ ਸਮਝਾ ਦਿੰਦੀ ਹੈ ਜਦੋਂ ਤੁਹਾਨੂੰ ਫਾਈਨ ਹੋਣਾ ਪੈਸਾ ਚਲੇ ਜਾਣਾ ਫਿਰ ਉਹ ਸਮਝਦੇ ਨੇ। ਬਿਲਕੁਲ ਠੀਕ ਜੀ, ਵੈਸੇ ਵੀ ਜਿਹੜਾ ਮਨੁੱਖ ਹੈ ਉਹ ਪੈਸੇ ਦੀ ਭਾਸ਼ਾ ਦੂਜੀਆਂ ਸਾਰੀਆਂ ਭਾਸ਼ਾ ਦੇ ਨਾਲੋਂ ਛੇਤੀ ਸਮਝਦਾ। ਕੋਈ ਮੇਰੇ ਵਰਗਾ ਯੂਕੇ ਜਾ ਕੇ ਕਹਿ ਸਕਦਾ ਕਿ ਮੈਨੂੰ ਤੁਹਾਡੀ ਭਾਸ਼ਾ ਦੀ ਪ੍ਰੋਬਲਮ ਹੈ, ਮੈਨੂੰ ਲੈਂਗੁਏਜ ਕਰਕੇ ਨਹੀਂ ਪਤਾ ਲੱਗਿਆ ਕੀ ਕਿਵੇਂ ਕਰਨਾ ਹੈ, ਕੋਈ ਆਸਟ੍ਰੇਲੀਅਨ ਇੱਥੇ ਆ ਕੇ ਕਹਿ ਸਕਦਾ, ਪਰ ਪੈਸੇ ਦੀ ਭਾਸ਼ਾ ਜਿਹੜੀ ਉਹ ਵਰਲਡਵਾਈਡ ਹਰੇਕ ਬੰਦਾ ਸਮਝ ਜਾਂਦਾ ਜਦੋਂ ਇੱਕ ਤਰੀਕੇ ਦੇ ਨਾਲ ਇੱਕ ਟਿਕਟ ਦਿੱਤੀ ਜਾਂਦੀ ਹੈ, ਅਤੇ ਫਿਰ ਹਰੇਕ ਭਾਸ਼ਾ ਬੰਦੇ ਨੂੰ ਆਉਣ ਲੱਗ ਜਾਂਦੀ ਹੈ, ਹਰੇਕ ਬੰਦਾ ਰੂਲ ਰੈਗੂਲੇਸ਼ਨ ਵਿੱਚ ਆ ਜਾਂਦਾ।
स्टूडेंट पंजाब तो बहुत आते हैं जी, यूके भी जाते हैं, पिछे जो यूके ने काफ़ी जोड़े रूल ने उन्होंने थोड़ी जी स्पेस दिती है पंजाब नूं, ते पंजाब दी इंट्री स्टूडेंटां दी यूके दे विच वधी है कि साडे स्टूडेंट इत्थों दे मैडिकल सिस्टम दे सारे रूल रेगुलेशन मिलने वाली सहूलतों तो जाणू ने जां फिर विचारे किते ना किते इन्हां चीज़ां दे नाल वी जूझदे ने, जिवें उह एजुकेशन सिस्टम दे नाल, वर्क कल्चर दे नाल, वैदर दे नाल लगातार जूझदे रहिंदे ने, कि उह मैडिकल सहूलतों नूं वी जाणदे ने जां फिर ਕਿੰਨਾ ਵਕਤ ਲੱਗ ਜਾਂਦਾ ਇੱਕ ਸਟੂਡੈਂਟ ਨੂੰ ਇੱਥੋਂ ਦੇ ਮੈਡੀਕਲ ਸਿਸਟਮ ਨੂੰ ਜਾਣਨ ਦੇ ਲਈ? ਦੇਖੋ ਜੀ, ਐਜੂਕੇਸ਼ਨ ਜੇ ਜਿੱਦਾਂ ਉਹ ਐਜੂਕੇਸ਼ਨ ਦੇ ਸਿਸਟਮ ਦੇ ਥਰੂ ਆਉਂਦੇ ਨੇ ਹਨਾ ਜੀ, ਤੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਉਹਨਾਂ ਨੂੰ ਇਹ ਚੀਜ਼ਾਂ ਪਤਾ ਹੁੰਦੀ, ਮੈਨੂੰ ਪਤਾ ਨਹੀਂ ਉਹ ਸਿਖਾਉਂਦੇ ਨੇ ਥੋੜ੍ਹਾ ਦੱਸਦੇ ਨੇ ਕਿ ਤੁਸੀਂ ਇਹ ਕਰਨਾ ਜਾਂ ਇੱਦਾਂ ਇੱਦਾਂ ਸਟੈਪ ਬਾਏ ਸਟੈਪ ਸਾਰਾ ਕੁਛ ਹੁੰਦਾ, ਪਰ ਹਾਂਜੀ ਬਹੁਤ ਪਿੱਛੇ ਨੇ ਜਿੰਨਾ ਦੇਖਿਆ ਗਿਆ ਨਾ, ਆਪਣੇ ਲੋਕ ਬਹੁਤ ਪਿੱਛੇ ਨੇ ਇਸ ਗੱਲ ਵਿੱਚ, ਸਪੈਸ਼ਲੀ ਇਹ ਯੂਥ ਜਿਹੜਾ ਆ ਰਿਹਾ ਉਹਦੇ ਵਿੱਚ। ਜਿੱਦਾਂ ਜੀ ਪੀ ਨੂੰ ਤੁਸੀਂ ਇੱਥੇ ਆਉਂਦਿਆਂ ਦਾ ਡਾਕਟਰ ਤੁਹਾਡਾ ਬਣਨਾ ਚਾਹੀਦਾ ਆ, ਕਿਉਂਕਿ ਕੰਟਰੀ ਬਹੁਤ ਠੰਡੀ ਕੰਟਰੀ, ਅਤੇ ਇੱਥੇ ਜਿੱਦਾਂ ਕਹਿ ਲਓ ਕਿ ਹੀਟ ਚੱਲਦੀਆਂ ਨੇ ਆਲਵੇਜ਼ ਇਨ ਘਰਾਂ ਦੇ ਵਿੱਚ, ਬਾਹਰ ਜਾਂਦੇ ਹੋ ਤੁਸੀਂ ਗੱਡੀਆਂ ਜਾਂ ਜਿਹੜੀ ਵੀ ਬਿਲਡਿੰਗ ਹੋਊਗੀ ਉੱਥੇ ਜਿੱਦਾਂ ਤੁਹਾਡੇ ਏਅਰ ਕੰਡੀਸ਼ਨਰ ਹੁੰਦਾ ਨਾ ਇੰਡੀਆ ਦੇ ਵਿੱਚ ਆਪਣੇ, ਇੱਥੇ ਹੀਟ ਹੋਣੀ ਬਹੁਤ ਜ਼ਰੂਰੀ ਆ, ਉਹ ਤੋਂ ਬਿਨਾਂ ਤੁਸੀਂ ਜੀ ਸਰਵਾਈਵ ਨਹੀਂ ਆਪਾਂ ਹੋ ਸਕਦੇ, ਜਿੱਦਾਂ ਇੰਨੀ ਠੰਡੀ ਇੱਥੇ ਹੁੰਦੀ ਹੈ। ਅਤੇ ਫਿਰ ਡਾਕਟਰ ਬਣਨਾ ਤੁਹਾਡਾ ਬਹੁਤ ਜ਼ਰੂਰੀ ਆ, ਬਹੁਤ ਸਿੰਪਲ ਗੱਲ ਹੈਗੀ ਆ ਕਿ ਤੁਸੀਂ ਜੇ ਨਹੀਂ ਵੀ ਪਤਾ ਤੁਸੀਂ ਔਨਲਾਈਨ ਜਾ ਕੇ ਅੱਜ ਕੱਲ੍ਹ ਤੁਸੀਂ ਆਪਣਾ ਜੀ ਪੀ ਰਜਿਸਟਰ ਕਰ ਸਕਦੇ ਹੋ, ਫਰੀ ਆਫ ਕੋਸਟ ਆ, ਕੋਈ ਪੈਸਾ ਨਹੀਂ ਹੈਗਾ ਇਸ ਚੀਜ਼ ਦਾ, ਤੁਹਾਨੂੰ ਇਹ ਫੈਸਿਲਿਟੀ ਲੈਣ ਦੇ ਲਈ ਕੋਈ ਪੈਸੇ ਨਹੀਂ ਹੈਗੇ, ਡਾਕਟਰ ਦੀ ਅਪੋਇੰਟਮੈਂਟ ਲੈਣੀ ਆ, ਡਾਕਟਰ ਨਾਲ ਜਿਹੜੀ 10 ਮਿੰਟ ਹੁੰਦੀ ਆ ਆਈ ਥਿੰਕ ਜਿਹੜਾ ਤੁਸੀਂ ਜਾਂਦੇ ਆ ਉਹ ਫਰੀ ਆ, ਔਰ ਉਸ ਜਦੋਂ ਤੁਸੀਂ ਡਾਕਟਰ ਦੀ ਸਰਜੀ ਤੁਹਾਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਪਤਾ ਲੱਗਦੀਆਂ ਨਵੀਆਂ, ਤੁਹਾਨੂੰ ਮਸਟ ਹੈ ਆਪਣਾ ਜੀ ਪੀ ਬਣਾਵੋ ਜਦੋਂ ਆਉਂਦੇ ਆ, ਤੁਸੀਂ ਇਸ ਚੀਜ਼ ਦੇ ਟਾਈਟਲ ਆ, ਤੁਹਾਡੇ ਕੋਲ ਰਾਈਟ ਆ ਜਿੱਦਾਂ ਹਨਾ, ਅਤੇ ਤੁਸੀਂ ਕਦੇ ਮੈਂ ਦੇਖਿਆ ਆਇਓ ਗੱਲਾਂ ਹੁੰਦੀਆਂ ਕਿ ਉਹਨਾਂ ਦਾ ਮੇਨ ਫੋਕਸ ਹੁੰਦਾ ਹੈ ਕਿ ਅਸੀਂ ਪੈਸੇ ਕਮਾਉਣੇ, ਚਲੋ ਸਾਰਾ ਕੁਛ ਉਹਨਾਂ ਨੇ ਮੈਨੇਜ ਕਰਨਾ ਹੁੰਦਾ ਆ, ਆਏ ਹੁੰਦੇ ਨੇ ਇੱਥੇ ਨਾ, ਪਰ ਆਪਣੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਨੈਚੁਰਲ ਮਿਲ ਗਈਆਂ ਉਹਨਾਂ ਨੂੰ ਇਗਨੋਰ ਨਾ ਕਰੋ, ਉਹਨਾਂ ਵੱਲ ਉਹ ਵੀ ਤੁਹਾਡੇ ਲਈ ਬਹੁਤ ਵੱਡੀਆਂ ਚੀਜ਼ਾਂ ਨੇ, ਇਕੱਲਾ ਅੱਜ ਦਾ ਨਾ ਸੋਚੋ, ਲੌਂਗ ਟਰਮ ਲਈ ਸੋਚੋ ਕਿ ਤੁਸੀਂ ਇੱਥੇ ਲੌਂਗ ਟਰਮ ਲਈ ਰਹਿਣਾ ਹੈਗਾ, ਤੇ ਬਹੁਤ ਸਾਰੀਆਂ ਫੈਸਿਲਿਟੀਜ਼ ਤੁਹਾਨੂੰ ਫ੍ਰੀ ਮਿਲ ਰਹੀਆਂ, ਕਿਉਂ ਜਿੱਦਾਂ ਸੂਰਜ ਸਨ ਤੋਂ ਸਾਰਿਆਂ ਲਈ ਚੜ੍ਹਦਾ ਜੀ, ਜਿਹਨੇ ਨਹੀਂ ਲੈਣਾ ਫਿਰ ਉਹਦੀ ਮਰਜ਼ੀ ਆ, ਪਰ ਹੈ ਤਾਂ ਸਾਰਿਆਂ ਲਈ ਜੀ ਇੱਥੇ। ਹਾਂਜੀ, ਪਿਛਲੇ ਦਿਨੀ ਇੱਕ ਪੰਜਾਬ ਦੀ ਖਬਰ ਸ਼ਾਇਦ ਤੁਹਾਡੇ ਤੱਕ ਵੀ ਪਹੁੰਚੀ ਹੋਊਗੀ ਕਿ ਪਟਿਆਲਾ ਦੇ ਹਸਪੀਟਲ ਦੇ ਵਿੱਚ ਆਪਰੇਸ਼ਨ ਥੀਏਟਰ ਦੇ ਵਿੱਚ ਲਾਈਟ ਚਲੀ ਗਈ ਤੇ ਮੋਬਾਈਲ ਦੀਆਂ ਟਾਰਚਾਂ ਜਗਾ ਕੇ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ। ਇਸ ਤੋਂ ਪਿੱਛੇ ਜਾਈਏ ਤਾਂ ਇੱਕ ਗੁਰਦਾਸਪੁਰ ਦੀ ਖਬਰ ਸੀ ਕਿ ਇੱਕ ਔਰਤ ਨੇ ਬੱਚੇ ਨੂੰ ਜਨਮ ਦੇਣਾ ਸੀ ਅਤੇ ਉਹਨੂੰ ਰੂਮ ਬੈੱਡ ਕੁਛ ਵੀ ਨਹੀਂ ਮਿਲਿਆ, ਉਹਨੇ ਇੱਕ ਤਰੀਕੇ ਦੇ ਨਾਲ ਹੋਸਪਿਟਲ ਦੇ ਗਰਾਊਂਡ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਇਹ ਪੰਜਾਬ ਦੇ ਸਿਸਟਮ ਦੀ ਮੈਂ ਗੱਲ ਐਗਜ਼ਾਮਪਲ ਦੇ ਨਾਲ ਕਰਦਾ ਹਾਂ ਕਿ ਯੂਕੇ ਦੇ ਵਿੱਚ ਜਿਹੜੀਆਂ ਔਰਤਾਂ ਹੈ ਉਹਨਾਂ ਲਈ ਵਿਸ਼ੇਸ਼ ਤਰੀਕੇ ਦੇ ਕੋਈ ਪ੍ਰਬੰਧ ਹੁੰਦੇ ਨੇ, ਕਿਉਂਕਿ ਅਸੀਂ ਇੱਥੋਂ ਬੈਠੇ ਠੀਕ ਹੈ ਅਸੀਂ ਨਿਊਜ਼ ਪੇਪਰ ਦੇ ਨਾਲ ਇੰਟਰਨੈਟ ਦੇ ਨਾਲ ਬਹੁਤ ਚੀਜ਼ਾਂ ਨੂੰ ਜਾਣ ਲਿਆ, ਪਰ ਪ੍ਰੈਕਟੀਕਲ ਵੇ ਦੇ ਵਿੱਚ ਤੁਸੀਂ ਉਹਨਾਂ ਚੀਜ਼ਾਂ ਨੂੰ ਬਿਲਕੁਲ ਨੇੜਿਓਂ ਦੇਖਿਆ। ਮੈਂ ਤਾਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਯੂਕੇ ਦੇ ਵਿੱਚ ਔਰਤ ਦੇ ਲਈ ਸੁਰੱਖਿਆ, ਇਲਾਜ, ਖਾਸ ਕਰਕੇ ਉਹ ਔਰਤ ਜਿਹਨੇ ਬੱਚੇ ਨੂੰ ਜਨਮ ਦੇਣਾ ਹੈ ਉਹਦੇ ਲਈ ਵਿਸ਼ੇਸ਼ ਸਹੂਲਤਾਂ ਹੁੰਦੀਆਂ ਹੋਣਗੀਆਂ? ਹਾਂਜੀ, ਪਹਿਲੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਲਾਈਟ ਨਹੀਂ ਸੀ ਤੇ ਹੋਸਪਿਟਲ ਵਿੱਚ ਆਪਰੇਟ ਕਰ ਰਹੇ ਸੀ ਤਾਂ ਕਿੱਦਾਂ ਹੋਇਆ, ਤੁਸੀਂ ਸੋਚ ਸਕਦੇ ਕੀ ਕੰਡੀਸ਼ਨ ਹੋਊਗੀ ਉਦੋਂ ਹਨਾ। ਤੇ ਇੱਥੇ ਮੈਂ ਤੁਹਾਨੂੰ ਆਪਣੀ ਪਰਸਨਲ ਦੱਸਦੀ ਹਾਂ, ਸਾਨੂੰ 22 ਸਾਲ ਹੋ ਗਏ ਮੈਨੂੰ, ਤਾਂ ਮੈਂ ਕਦੇ ਅੱਜ ਆਈ ਥਿੰਕ 1 or 2 ਟਾਈਮ ਦੇਖਿਆ, ਇੱਕ ਦੋ ਵਾਰੀ ਲਾਈਟ ਇੱਥੇ ਕੱਟ ਲੱਗਾ ਆ। ਤੁਸੀਂ 20 ਸਾਲਾਂ ਦੇ ਵਿੱਚ ਹੋਸਪਿਟਲ ਵਿੱਚ ਇੱਕ ਜਾਂ ਦੋ ਵਾਰੀ ਲਾਈਟ ਜਾਂਦੀ ਦੇਖੀ ਹੈ, ਉਹ ਵੀ ਤੁਹਾਨੂੰ ਪਹਿਲਾਂ ਇਨਫੋਰਮੇਸ਼ਨ ਸੀਗੀ ਕਿ ਲਾਈਟ ਜਾਊਗੀ? ਨਹੀਂ ਜੀ, ਨਹੀਂ ਹੋਸਪਿਟਲ ਦੇ ਵਿੱਚ ਨਹੀਂ। ਅੱਛਾ, ਆਮ ਘਰਾਂ ਵਿੱਚ? ਆਮ ਘਰਾਂ ਵਿੱਚ। ਹਾਂਜੀ, ਹੋਸਪਿਟਲ ਤਾਂ ਤੁਸੀਂ ਭੁੱਲ ਜਾਓ ਕਿ ਹੋਸਪਿਟਲ 'ਚ ਕਦੀ ਲਾਈਟ ਜਾਊਗੀ, ਨੈਵਰ, ਇਹ ਨਹੀਂ ਹੋਊਗਾ, ਇਹ ਨਹੀਂ ਹੁੰਦਾ। ਅੱਛਾ, ਤੁਸੀਂ 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 22 ਸਾਲਾਂ ਦੇ ਵਿੱਚ ਘਰਾਂ 'ਚ ਹੀ ਦੋ ਵਾਰੀ ਲਾਈਟ ਜਾਂਦੀ ਦੇਖੀ ਹੈ? ਹਾਂਜੀ, ਅਸੀਂ ਜਦੋਂ ਸੈਟਅਪ ਲਾ ਰਹੇ ਸੀ ਤਾਂ ਮਗਰਲੇ 22 ਮਿੰਟਾਂ ਵਿੱਚ ਹੀ ਅਸੀਂ 3-4 ਵਾਰੀ ਲਾਈਟ ਜਾਂਦੀ ਵੇਖੀ ਪੰਜਾਬ 'ਚ, ਤਾਂ ਅਸੀਂ ਪਰ ਫਿਰ ਵੀ ਸੈਟਅਪ ਲਾਇਆ ਜੀ। ਜੀ ਇੱਥੇ ਤੋਂ ਉਹ ਵੀ ਬਹੁਤ ਹਵਾਵਾਂ ਆਈਆਂ ਸੀਗੀਆਂ, ਟ੍ਰੀਜ਼ ਡਿੱਗ ਗਏ ਸੀਗੇ, ਦਰਖਤ ਡਿੱਗ ਗਏ ਸੀ ਜੀ, ਜਿਹਨਾਂ ਨਾਲ ਸਾਰਾ ਕੁਛ, ਉਹ ਵੱਡੀ ਵਾਰਨਿੰਗ ਸੀਗੀ ਉਦੋਂ ਜੀ, ਜਿੱਦਾਂ ਉਹਦੇ ਵਿੱਚ ਦੇਖਿਆ ਸੀ ਕੁਛ ਘੰਟਿਆਂ ਦੇ ਲਈ ਲਾਈਟ ਆਫ ਹੋਈ ਸੀਗੀ,
ਪਰ ਤੁਹਾਨੂੰ ਫੋਨ ਕੀਤੇ ਗਏ ਸੀ, ਦੱਸਿਆ ਗਿਆ ਸੀਗਾ ਸਾਰਿਆਂ ਨੂੰ ਕਿ ਵੀ ਇੰਨੇ ਘੰਟਿਆਂ ਲਈ ਲਾਈਟ ਬੰਦ ਹੋ ਗਈ। ਜੇ ਕਦੇ ਵੀ ਪਾਣੀ ਘਰ ਵਿੱਚ ਬੰਦ ਹੋਣਾ, ਕਦੇ ਰਿਪੇਅਰ ਚੱਲ ਰਹੇ, ਹੁੰਦੇ ਨਹੀਂ ਕਦੇ, ਪਰ ਜੇ ਹੋਊਗਾ ਤਾਂ ਤੁਹਾਨੂੰ ਫੋਨ ਕਰਕੇ ਦੱਸਣਗੇ ਉਹ ਕਿ ਇੰਨੇ ਘੰਟੇ ਤੋਂ ਇੰਨੇ ਘੰਟੇ ਤੱਕ ਹੋਊਗਾ। ਵੈਰੀ ਬੜੇ ਘੱਟ ਚਾਂਸਸ ਹੁੰਦੇ ਨੇ ਇਹੋ 'ਚ। ਸੋ ਮੈਂ ਦੋ ਵਾਰੀ ਕੱਲ੍ਹ ਲਾਈਟ ਦੇਖੀ ਹੈ ਕਿ ਜਦੋਂ ਲਾਈਟ ਕੁਛ ਘੰਟਿਆਂ ਦੇ ਲਈ ਘਰਾਂ ਵਿੱਚ, ਹੋਸਪਿਟਲ ਦੇ ਵਿੱਚ ਤਾਂ ਨਹੀਂ ਜੀ, ਹੋਸਪਿਟਲ ਤੋਂ ਸਾਰਾ ਕੁਛ ਆਕਸੀਜਨ ਵਗੈਰਾ ਐਵਰੀਥਿੰਗ, ਉੱਥੇ ਤੋਂ ਬਹੁਤ ਚੀਜ਼ਾਂ ਹੋ ਰਹੀਆਂ, ਕਦੇ ਨਹੀਂ ਲਾਈਟ ਜਾਂਦੀ, ਇੱਦਾਂ ਨਹੀਂ ਹੁੰਦਾ ਜੀ। ਮੈਂ ਸਵਾਲ ਦੇ ਨਾਲ ਆਉਣਾ, ਤੁਸੀਂ ਗੱਲ ਕੀਤੀ ਆਕਸੀਜਨ ਦੀ, ਭਾਰਤ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇੱਕ ਘਟਨਾ ਵਾਪਰੀ ਕਿ ਸ਼ਾਇਦ ਜੇਕਰ ਮੈਂ ਸਟੇਟ ਗਲਤ ਨਾ ਬੋਲਾਂ ਤਾਂ ਘਟਨਾ ਯੂਪੀ ਦੀ ਹੈ। ਯੂਪੀ ਦੇ ਵਿੱਚ ਇੱਕ ਹੋਸਪਿਟਲ ਨੇ ਆਕਸੀਜਨ ਦੇਣ ਵਾਲੇ ਇੱਕ ਵਿਅਕਤੀ ਦੇ ਪੈਸੇ ਦੇਣੇ ਸੀ ਤਾਂ ਉਹਨੇ ਸਿਲੰਡਰ ਦੇਣੇ ਬੰਦ ਕਰ ਦਿੱਤੇ ਅਤੇ ਕਾਫੀ ਲੋਕਾਂ ਦੀ ਮੌਤ ਉਸ ਹੋਸਪਿਟਲ ਵਿੱਚ ਇਸੇ ਗੱਲ ਕਰਕੇ ਹੋਈ ਕਿਉਂਕਿ ਉਹਦਾ ਬੈਲੈਂਸ ਆ ਜਿਹੜਾ ਉਹ ਖੜਾ ਸੀ, ਬੈਲੈਂਸ ਨਹੀਂ ਦਿੱਤਾ ਗਿਆ ਅਤੇ ਉਹਨੇ ਆਕਸੀਜਨ ਆ ਜਿਹੜੀ ਉਹ ਸਿਲੰਡਰ ਆ ਜਿਹੜੇ ਉਹ ਪ੍ਰੋਵਾਈਡ ਨਹੀਂ ਕਰਾਏ ਹੋਸਪਿਟਲ ਨੂੰ ਅਤੇ ਉੱਥੇ ਕਾਫੀ ਮੌਤਾਂ ਹੋਈਆਂ। ਸਾਡੇ ਇੱਦਾਂ ਦਾ ਕੁਛ ਵੀ ਹੋ ਜਾਂਦਾ। ਚਲੋ ਆਪਾਂ ਸਵਾਲ 'ਤੇ ਆਉਂਦੇ ਹਾਂ ਕਿ ਸੁਰੱਖਿਆ ਨੂੰ ਲੈ ਕੇ, ਸਹੂਲਤਾਂ ਨੂੰ ਲੈ ਕੇ ਇੱਕ ਔਰਤ ਜਿਹੜੀ ਮਾਂ ਬਣਨ ਜਾ ਰਹੀ ਹੈ ਜਾਂ ਮਾਂ ਬਣ ਚੁੱਕੀ ਹੈ, ਉਹਨੂੰ ਕੀ ਕੁਝ ਆ ਜਿਹੜਾ ਵਿਸ਼ੇਸ਼ ਤੌਰ 'ਤੇ ਦਿੱਤਾ ਜਾਂਦਾ? ਹਾਂਜੀ, ਜਦੋਂ ਇੱਥੇ ਆਪਾਂ ਲਾਈਫ ਸਟਾਰਟ ਕਰਦੇ ਹਾਂ, ਤੁਹਾਡੀ ਮੈਰਿਜ ਹੋ ਗਈ ਆ ਜਾਂ ਤੁਸੀਂ ਜਿੱਦਾਂ ਹੁਣ ਬੱਚੇ ਆ ਕਪਲ ਆ ਰਹੇ ਨੇ, ਹੈ ਨਾ, ਤੋ ਨੈਚੁਰਲ ਪ੍ਰੈਗਨੈਂਸੀ ਹੁੰਦੀ ਆ ਉਹਨਾਂ ਦੀ, ਜਦੋਂ ਹੀ ਕੋਈ ਪ੍ਰੈਗਨੈਂਸ ਹੋ ਜਾਂਦਾ ਤੁਸੀਂ ਰਜਿਸਟਰਡ ਕਰਦੇ ਆ ਆਪਣੇ ਆਪ, ਜੀ ਪੀ ਨੂੰ ਦੱਸਦੇ ਆ, ਜਿੱਦਾਂ ਡਾਕਟਰ ਤੁਹਾਡੇ ਲਈ ਇੱਥੇ ਸਾਰਾ ਉਹ ਤੁਹਾਨੂੰ ਉਹ ਫੋਲੋ ਕਰ ਰਹੇ ਹੁੰਦੇ ਨੇ ਤੁਹਾਡੀ ਸਿਹਤ ਨੂੰ, ਤੁਹਾਡੀ ਹੈਲਥ ਨੂੰ, ਤੁਹਾਡੇ ਬੱਚੇ ਨੂੰ। ਅਤੇ ਜਦੋਂ ਹੀ ਤੁਸੀਂ ਪ੍ਰੈਗਨੈਂਟ ਹੁੰਦੇ ਹੋ ਤਾਂ ਤੁਹਾਡੇ ਘਰ ਮਿਡਵਾਈਫ ਇੱਕ ਨਰਸ ਆ ਬਹੁਤ ਵੱਡੇ, ਉਹ ਆਉਂਦੇ ਨੇ, ਮਿਡਵਾਈਫ ਆਉਂਦੀ ਆ, ਤਾਂ ਤੁਹਾਡੇ ਘਰ ਆਉਣਗੇ, ਤੁਹਾਨੂੰ ਪੂਰਾ ਦੱਸਣਗੇ, ਸਾਰਾ ਕੁਛ ਐਕਸਪਲੇਨ ਕਰਨਗੇ, ਉਹ ਇਹ ਹੋਣਾ, ਫਿਰ ਤੁਹਾਡੀਆਂ ਅਪੋਇੰਟਮੈਂਟਸ ਹੁੰਦੀਆਂ ਨੇ ਡਾਕਟਰ ਦੇ, ਜੀ ਪੀ ਦੇ, ਤੁਹਾਡਾ ਵੇਟ ਵਗੈਰਾ, ਤੁਹਾਡੀ ਡਾਇਟ, ਖਾਣ, ਸਭ ਕੁਛ ਚੈੱਕ ਕੀਤਾ ਜਾਂਦਾ ਆ। ਫਿਰ ਤਾਂ ਹੋਸਪਿਟਲ ਦੀ ਉਹਨਾਂ ਨੇ ਦੱਸਣੀ ਆ, ਉਹਨਾਂ ਨੇ ਤੁਹਾਨੂੰ ਦੱਸਣਾ ਕਿ ਹੁਣ ਤੁਸੀਂ 3 ਮੰਥ ਬਾਅਦ ਆਉਣਾ, 2 ਮੰਥ ਬਾਅਦ ਆਉਣਾ, ਸਾਰਾ ਕੁਛ। ਫਿਰ ਹੋਸਪਿਟਲ 'ਚ ਦੇਖ ਲਓ, ਬੇਬੀ ਲੈਣ ਜਾਣਾ ਆ ਆਪਾਂ, ਇੱਥੇ ਇੰਨੀ ਹੈਗੀ ਆ, ਬੇਬੀ ਸਾਰਾ ਕੁਛ ਫ੍ਰੀ ਆ, ਕੋਈ ਕੁਝ ਪੈਸੇ ਨਹੀਂ ਤੁਸੀਂ ਦੇਣੇ ਹੈਗੇ। ਅਤੇ ਜਦੋਂ ਬੇਬੀ ਹੁੰਦਾ ਹੈ ਨਾ, ਅਤੇ ਜੇ ਤੁਸੀਂ ਘਰ ਲੈ ਕੇ ਆਉਣਾ ਬੇਬੀ ਨੂੰ, ਜਿੰਨਾ ਚਿਰ ਤੁਹਾਡੇ ਕੋਲ ਕਾਰ ਸੀਟ ਨਹੀਂ ਹੋਊਗੀ, ਬੇਬੀ ਦੇਣਗੇ ਨਹੀਂ ਉਹ ਤੁਹਾਨੂੰ ਲੈ ਕੇ ਆਉਣ ਲਈ, ਇੰਨੀ ਹੈਲਥ ਐਂਡ ਸੇਫਟੀ ਇਹ ਕੰਟਰੀ 'ਚ। ਹਾਂਜੀ, ਔਰ ਹੋਰ ਵੀ ਬਹੁਤ ਸਾਰੀਆਂ ਫੈਸਿਲਿਟੀਜ਼ ਨੇ ਜਿਹੜੀਆਂ ਮਿਲਦੀਆਂ ਨੇ, ਪਰ ਕਈ ਵਾਰ ਆਪਣੇ ਲੋਕ ਪਤਾ ਨਹੀਂ, ਉਹਨਾਂ ਨੂੰ ਹਜੇ ਨਹੀਂ ਪਤਾ ਜਾਂ ਕਿੱਦਾਂ ਹੈਗਾ, ਪਰ ਇੱਥੋਂ ਦੇ ਉਹਨਾਂ ਤੋਂ ਪਤਾ ਹੈ ਸਭ ਕੁਛ। ਪਰ ਇੰਨੀ ਕੇਅਰ ਕੀਤੀ ਜਾਂਦੀ ਆ ਲੇਡੀ ਦੀ, ਬੱਚੇ ਦੀ, ਸਭ ਕਾਸੇ ਦੀ, ਕਦੋਂ ਇੰਜੈਕਸ਼ਨ ਲੱਗਣੇ ਨੇ, ਕੀ ਹੋਣਾ ਹੈ, ਸਾਰਾ ਡਾਕਟਰ ਨੇ ਤੁਹਾਨੂੰ ਭੇਜਣਾ ਹੈਗਾ, ਤੁਹਾਨੂੰ ਸਿਸਟਮ ਦੇ ਦੇਣਾ ਕਿ ਇਹ ਡਾਇਰੀ ਹੈ, ਇਹਨੂੰ ਤੁਸੀਂ ਫੋਲੋ ਕਰਨਾ। ਜੇ ਤੁਸੀਂ ਨਹੀਂ ਗਏ, ਕੋਈ ਇੱਕ ਅਪੁਆਇੰਟਮੈਂਟ ਮਿਸ ਕਰ ਲਈ ਹੈ ਜਦੋਂ ਤੁਸੀਂ ਪ੍ਰੈਗਨੈਂਸੀ 'ਚ ਆ, ਅਤੇ ਉਹ ਤੁਹਾਨੂੰ ਫੋਨ ਕਰਨਗੇ, ਚੈੱਕ ਕਰਨਗੇ ਬਕਾਇਦਾ ਵੀ ਕਿਉਂ ਨਹੀਂ ਆਇਆ ਇਹ ਪਰਸਨ। ਹਾਂਜੀ, ਔਰ ਤੁਹਾਡੀ ਕਈ ਲੇਡੀਜ਼ ਬਹੁਤ ਸਿੱਕ ਹੋ ਜਾਂਦੀਆਂ ਨੇ, ਉਹਨਾਂ ਦਾ ਉਹ ਹਾਂਜੀ ਫੋਲੋ ਕਰਦੇ ਨੇ ਐਵਰੀਥਿੰਗ ਐਵਰੀਥਿੰਗ। ਦੇਖੋ, ਇੱਕ ਦੌਰ ਸੀ ਕਰੋਨਾ ਦੇ ਦੌਰ ਦੇ ਵਿੱਚ, ਅਮੈਰੀਕਾ ਦਾ ਜਿਹੜਾ ਮੈਡੀਕਲ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਹੌਚ ਪੌਚ ਹੋ ਗਿਆ ਸੀ, ਹੋਰ ਵੱਡੀਆਂ ਕੰਟਰੀਆਂ ਦਾ ਵੀ ਸਿਸਟਮ ਹੌਚ ਪੌਚ ਹੋਇਆ, ਭਾਰਤ ਉਹਦੇ ਵਿੱਚੋਂ ਇੱਕ ਹੈ। ਭਾਰਤ ਵਿੱਚ ਕਈ ਥਾਵਾਂ ਦੇ ਉੱਤੇ ਐਂਬੂਲੈਂਸ ਨਹੀਂ ਮਿਲੀ, ਡੈੱਡ ਬੋਡੀ ਨੂੰ ਲੈ ਕੇ ਜਾਣ ਦੇ ਲਈ ਲੋਕਾਂ ਨੇ ਆਪਣੇ ਸਾਈਕਲ ਤਿੱਕਰ ਅਤੇ ਆਪਣੇ ਮੋਢਿਆਂ ਤਿੱਕਰ ਵੀ ਵਰਤੇ। ਲੰਡਨ ਦੇ ਵਿੱਚ ਜੇਕਰ ਮੈਂ ਜਾਣਨਾ ਚਾਹਾਂ ਤਾਂ ਕਰੋਨਾ ਦਾ ਜਿਹੜਾ ਸਿਸਟਮ ਸੀਗਾ ਜਦੋਂ ਉਹ ਦੌਰ ਆਇਆ ਸੀ, ਤਾਂ ਮੈਡੀਕਲ ਸਿਸਟਮ ਨੇ ਕਿਸ ਤਰੀਕੇ ਦੇ ਨਾਲ ਉਦੋਂ ਸੇਵਾਵਾਂ ਲੋਕਾਂ ਨੂੰ ਦਿੱਤੀਆਂ? ਕੀ ਅਮੈਰੀਕਾ ਵਰਗੇ ਹਾਲਾਤ ਬਣ ਗਏ ਸੀ ਲੰਡਨ ਦੇ ਵਿੱਚ, ਜਾਂ ਫਿਰ ਉਸੇ ਤਰੀਕੇ ਦੇ ਨਾਲ ਰੂਟੀਨ ਦੇ ਵਿੱਚ ਚੱਲਦਾ ਰਿਹਾ? ਨਹੀਂ ਜੀ, ਜਿੱਦਾਂ ਤੁਸੀਂ ਐਂਬੂਲੈਂਸ ਦੀ ਗੱਲ ਕੀਤੀ ਹੈ, ਐਂਬੂਲੈਂਸ ਇੱਥੇ ਫੈਸਿਲਿਟੀ ਹੈਗੀ ਹੈ ਕਿ ਤੁਸੀਂ ਇੱਕ ਨੰਬਰ ਹੈਗਾ 999, ਤੁਸੀਂ ਉਹ ਨੰਬਰ ਡਾਇਲ ਕਰਨਾ, ਓਪਰੇਟਰ ਨੇ ਤੁਹਾਡਾ ਫੋਨ ਅਟੈਂਡ ਕਰਨਾ ਹੈਗਾ, ਅਤੇ ਉਹ ਤੁਹਾਨੂੰ 3 ਚੀਜ਼ਾਂ ਪੁੱਛਦੇ ਨੇ, 3 ਚੀਜ਼ਾਂ ਤੁਹਾਨੂੰ ਪੁੱਛਦੇ ਨੇ ਕਿ ਤੁਹਾਨੂੰ ਫਾਇਰ ਚਾਹੀਦੀ ਆ, ਪੁਲਿਸ ਚਾਹੀਦੀ ਆ, ਕਿ ਤੁਹਾਨੂੰ ਮੈਡੀਕਲ ਲਾਈਨ ਚਾਹੀਦੀ, ਹੋਸਪਿਟਲ ਕੀ ਚਾਹੀਦਾ ਤੁਹਾਨੂੰ, ਤੁਸੀਂ ਫਿਰ 1 ਦੱਸ ਦੇਣਾ ਆ, ਹੈ ਨਾ, ਅਤੇ ਉਹ ਫਿਰ ਤੁਹਾਨੂੰ ਉੱਧਰ ਨੂੰ ਓਪਰੇਟ ਕਰਦੇ, ਤੁਹਾਨੂੰ ਦੱਸਦੇ ਨੇ, ਅਤੇ ਤੁਸੀਂ ਜਦੋਂ ਐਂਬੂਲੈਂਸ ਨੂੰ ਆਪਾਂ ਸੋਚਦੇ ਕਿ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ, ਕੋਈ ਐਮਰਜੈਂਸੀ ਹੋ ਗਈ ਆ, ਤੁਹਾਨੂੰ 15 ਤੋਂ 20 ਮਿੰਟ ਦੇ ਵਿੱਚ ਐਂਬੂਲੈਂਸ ਤੁਹਾਡੇ ਘਰ ਆ ਜੂਗੀ। ਜੇ ਕੋਈ ਐਮਰਜੈਂਸੀ ਹੈ, ਤੁਹਾਨੂੰ 2 ਪਰਸਨ ਹੋਣਗੇ, ਆਉਣਗੇ, ਚੈੱਕ ਕਰਨਗੇ ਕਿੱਦਾਂ ਦੀ ਕੰਡੀਸ਼ਨ ਹੈ, ਕੀ ਹੈ, ਸਾਰਾ ਕੁਛ ਲੋੜ ਹੈ, ਅਤੇ ਫਿਰ ਤੁਹਾਨੂੰ ਹੋਸਪਿਟਲ ਲੈ ਕੇ ਜਾਂਦੇ ਨੇ, ਸਾਰੀ ਫੈਸਿਲਿਟੀਜ਼ ਹੁੰਦੀ ਹੈ ਇੱਥੇ। ਇੱਥੇ ਕਿਸੇ ਦਾ ਕੁਛ ਹੋ ਵੀ ਗਿਆ, ਕੋਈ ਡਿੱਗ ਗਿਆ, ਕੁਛ ਹੋ ਗਿਆ, ਤੁਸੀਂ ਐਂਬੂਲੈਂਸ ਨੂੰ ਫੋਨ ਕਰੋਗੇ ਤਾਂ ਉਸੇ ਟਾਈਮ ਆ ਜਾਣੀ ਹੈ ਜੀ, ਜਿੰਨੀ ਟ੍ਰੈਫਿਕ ਹੋਊਗੀ ਜਾਂ ਜੋ ਵੀ ਉਹਨਾਂ ਦਾ ਹੋਊਗਾ, ਬਟ ਕੋਸ਼ਿਸ਼ ਉਹਨਾਂ ਦੀ ਹੁੰਦੀ ਆ ਕਿ 15 ਤੋਂ 20 ਮਿੰਟ ਦੇ ਵਿੱਚ ਉਹ ਬੰਦੇ ਪਰਸਨ ਕੋਲ ਪਹੁੰਚ ਜਾਣ। ਅਤੇ ਦੂਜੀ ਗੱਲ ਇੱਕ ਹੋ ਰਿਹਾ ਕਿ ਜੇ ਤੁਸੀਂ 999 ਨੰਬਰ ਕਰਕੇ ਵੀ ਰੱਖ ਦਿਓ ਫ੍ਰੀ ਕਾਲ, ਅਤੇ ਉਹ ਜੇ ਤੁਸੀਂ ਨਹੀਂ ਕਰਕੇ ਬੰਦ ਵੀ ਕਰਤਾ, ਤੁਹਾਨੂੰ ਫਿਰ ਵੀ ਚੈੱਕ ਕੀਤਾ ਜਾਊਗਾ ਕਿ ਸਾਰਾ ਕੁਛ ਠੀਕ ਆ,
हाँ जी इनिया फैसिलिटीज नहीं थे। कोरोना का टाइम किदा का रहा जी? कोरोना का टाइम हार्ड सीगा बट हैल्प बहुत सी, जिदा बहुत ज़्यादा हैल्प सी कि जो भी किसी नूं लोड़ सी, ईवन डॉक्टर भी घर आ जाते सी पेशेंट नूं चैक करने के लिए, उसकी कंडीशन है डॉक्टर भी आ जाते सी चैक करने के लिए। एंड हाँ जी एम्बूलेंस आउंदी सी जिदा जिदा जो भी सी बहुत वधिया रहा सी, बहुत कोप किया। तो हाँ जी बहुत जाना भी गई उस टाइम के, हाँ जी क्योंकि यहोजे असी किसी कुछ पता नहीं सी भी नव जी वायरस है ये की करना चाहिए, पर जो ही हो गया वायरस न उन्होंने इंजैक्शन ला ले जा कुछ जी। तो देख लो हूँ सारा कुछ एवरीथिंग्स नॉर्मल। हाँ जी पिछले साल मैं इन्हों दिनों के कनेडा गया सी, तो एक भैन ने मैनू बड़ी वधिया गल दसी, वह भी तुहाडे वांगू मैडिकल सिस्टम के नाल जुड़े हुए सी। वह कहिंदे साढ़े कोल बजुर्ग आउंदे ने कह दिंदे ने कि असीं इंडिया जाना है तो सानू 3 महीनों की मैडिसिन इकट्ठी दे दिओ क्योंकि उत्थे फ्री इलाज होने करके 3-3 महीनों की इकट्ठी मैडिसिन लै जांदे ने। फिर इंडिया विच जाके वह खुद डॉक्टर बन जाते हैं, अपनियां भैणां नू भतीजियां नू भरावां नू वह मैडिसिन वंड के आउंदे ने, आह जिहड़ी गोली ओह इस काम लई लै लिओ, आह इन्ने वारी लैनी है। तो साढ़े कोल वापस आने सर कह देंगे ने कि मैं वो अपना बैग है जोड़ा वो इंडिया भुल आई हाँ ता करके मैं दोबार तो जी मैडिसिन वो देती जाए। कई बार कहते दे भी दी जाती है, कई बार जो रीज़न है वो मनण दे विच नहीं आता। बजुर्ग यूके मैं विशेष तौर पर कह लंडन दे विच तुहाडे नाल भी इस तरीके नाल ही पेश आउंदे ने, इस तरीके नाल ही मैडिसिन लै जाते हैं, की स्थिति होंदी है, किहो जिहा माइंडसैट हुंदा बजुर्गों का? हाँ जी जिदा बजुर्गों लिए भी तो बहुत सहूलत ने, बहुत फैसिलिटीज ने, जिमें कोई बजुर्ग ने जिदा होस्पिटल चले गए ने जी, तो जे कोई जिदा कह लो कि हिप रिप्लेसमेंट होंगी जो होर भी बहुत सारे ऑपरेट होंगे ने, है ना, तो वो बाद कोई बजुर्ग डिग जाते हैं जब उसे स्नो पै जाती ना तो कई बार बजुर्ग नहीं सुनते घर में कल होंगे ने, कई बार बाकी बच्चे कमां गए उन्होंने गार्डन चले जाना होंगे स्ले नैचुरल है, इतने जिदा जी स्नो ऑफ ब्लैक आइस बन जाती बहुत डेंजरस होंगी है, तो बहुत बजुर्ग डिगते हैं, बहुत एक्सी इंसीडेंट होंगे ने। फिर जो आते हैं फिर मुड़ के जिदा उन्होंने होंगे कि वो कई बार साढ़े इतने जिदा इतने इंग्लैंड जरा है सिस्टम है लिविंग रूम थले होंगे ने, किचन थले होंगी ने, सम वाशरूम थले होंगे ने, पर मोस्ट ऑफ दम बैडरूम एंड वाशरूम अपसैस होंगे ने, है ना जी। तो फिर जिदा वो फिर औखा हो जाता उन्होंने स्टै पौड़ियाँ चढ़ के जाना जी जी जा बाथरूम के लिए, है ना। फिर होस्पिटल वाले पहला चैक करते हैं उन्होंने कि इन्हों मुड़ के जाके बाथरूम के शावर लै सकते हैं, बाथ हैगा इन्हों फैसिलिटी इन्हों हैगी एबल, ये उपर नहीं जा सकते। उत्थे भी एक जो तुम जाने फिजियो भी होंगे ने पहला असैस करते हैं, जो असैसमेंट पास होंगे जो नहीं होंगे तो फिर उन्होंने वो फैसिलिटी भी दी जाती है घर के पहला आते हैं, उन्होंने बैड जी मैडिकल होंगी वो बैड उन्होंने छड़ी जाती है, तो सारा समान जो भी कुछ चाहिए होंगे कि तुर नहीं सकते जो फ्रेम चाहिए आ जो भी कुछ चाहिए पहला घर में आता, फिर बजुर्गों लिए इन फैसिलिटियाँ। और दूजा जिदा बजुर्गों तुम मेडिसिन की गल की, हाँ जी वो मैं दस दें कि ना कंट्रियों के इन्ना फायदा है कि बजुर्ग जिदा एक दो पेंशन लै रहे होंगे अपने इंडिपेंडेंट होंगे ने, वह फाइन फाइनैशली किसी के डिपेंडेंट नहीं होंगे, कि मैं बहुत सुनिया कि बजुर्गों की केयर नहीं होंगी इदा नहीं होंगे, नहीं इदा नहीं है बजुर्ग ज जिते बच्चे भी जो जमते ही ने बोन होंगे उन्होंने उदो ही पैसे मिलने लग जाते हैं, हाँ जी एंड बजुर्गों भी इतने पेंशन मिलती अपने वधिया होंगे मजे के मेडिसिन उन्होंने फ्री होंगे। हाँ जी अच्छा कई बजुर्ग यूके तो लंडन तो जो पंजाब आते हैं तो कहते हैं कि यार ठीक है डॉक्टर वधिया है सारा कुछ फ्री है, कहिंदे पर मेरी धरन का नहीं पता लग्या, धरन मेरे पै जाती है पर उन्होंने बेचारियों नूं पता नहीं लगता कि यूके दे विच जां मैं कहां कि तुहाडे मैडिकल सिस्टम दे विच इहो जिहियां बीमारियां आ के बजुर्ग दसदे होणगे कि तुहाडा मैडिकल सिस्टम भी सोचता होगा कि यार ये तो असीं किसी भी डिग्री दे विच किसी भी प्रैक्टिस दे विच देखिया जां पढ़िया नहीं, कोई बजुर्गों के किस्से तुहाडे कोल होण भी किस तरीके दे नाल आ के आपां अपनियां बीमारियां दसदे ने। हाँ जी इदा हुंदा अपने बजुर्ग इदा हैगे ने कि जिदा उन्होंने कई बार उन्होंने इदा हुंदी गल कि मैं तुहानूं दस दिया कि मैं पैथोलॉजी दे विच मेरी जॉब सी जी सैकेंड जॉब इन पैथोलॉजी सी पैथोलॉजी विच, ते उत्थे जदों वो करदे ब्लड टेस्ट लई आउंदे ने अपने ते कई बार वो समझ ना कोई गल दी हुण ना कुछ भी ते बहुत टाइम हुंदा मैनूं जिदा पंजाबी हिंदी जिहड़ी भी तुसीं लैंग्वेज किसे दी हैल्प कर सकदे तो कर दे अपना थोड़ा पन हो जाता, तो
ਉਹ ਜਦੋਂ ਉਹਨਾਂ ਨੂੰ ਦੱਸਿਆ ਜਾਂਦਾ ਨਾ ਉਹਨਾਂ ਨੂੰ ਬਲੱਡ ਜੇ ਲਿਆ ਹੀ ਹੁੰਦਾ ਆ ਬਲੱਡ ਟੈਸਟ ਐਂਡ ਉਹ ਉਸ ਲੱਗ ਜਾਂਦੇ ਹਨਾ ਕਿ ਦੱਸੋ ਸਾਨੂੰ ਕੀ ਬਿਮਾਰੀ ਹੋਈ ਆ ਜਦਕਿ ਉਹ ਥੋੜਾ ਟਾਈਮ ਲੱਗਣਾ ਹਾਂਜੀ ਹਨਾ ਤੁਸੀਂ ਸੋਚੋ ਉੱਥੇ 100 ਬੰਦਾ ਬੈਠਾ ਹੋਇਆ ਉਸ ਚੀਜ਼ ਲਈ ਗਿਆ ਹੁੰਦਾ ਹੈ ਨਾ ਤੇ ਉਹ ਟਾਈਮ ਲੱਗੂਗਾ ਇਸ ਚੀਜ਼ ਲਈ ਪਰ ਉਹਨਾਂ ਨੂੰ ਫਿਰ ਲੱਗਦਾ ਕਿ ਅੱਛਾ ਨਹੀਂ ਬਹੁਤ ਡਾਕਟਰਾਂ ਨੂੰ ਸਮਝ ਹੀ ਕੁਛ ਨਹੀਂ ਹੁੰਦੀ ਉਹ ਇੱਦਾਂ ਹੁੰਦੇ ਨੇ ਔਰ ਫਿਰ ਆਪਣੀਆਂ ਉਹਨਾਂ ਦੇ ਕੋਲ ਇੱਦਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਨੇ ਜਿਵੇਂ ਤੁਸੀਂ ਕਹਿੰਦੇ ਵੀ ਮਤਲਬ ਕਿ ਧਾਰਨ ਮੇਰੀ ਇਹ ਡਾਕਟਰਾਂ ਨੂੰ ਨਹੀਂ ਸਮਝ ਆਉਂਦੀ ਇੱਥੇ ਦੇ ਡਾਕਟਰਾਂ ਨੂੰ ਨਹੀਂ ਇਹ ਹੁੰਦਾ ਹੈ ਜੀ ਇਹਦਾ ਕਿ ਉਹ ਆਪਣੀਆਂ ਚੀਜ਼ਾਂ ਨੂੰ ਸੋਚਦੇ ਕਿ ਸਾਨੂੰ ਇੰਡੀਆ ਦੇ ਵਿੱਚ ਵਾਧੂ ਪਤਾ ਆ ਜਿੱਦਾਂ ਹਨਾ ਅੱਛਾ ਵੱਖਰੇ ਤਰੀਕੇ ਨਾਲ ਵੀ ਆ ਕੇ ਦੱਸਦੇ ਹੋਣਗੇ ਨਾ ਕਿ ਮੇਰਾ ਆਹ ਦੁਖਦਾ ਹੈ ਮੇਰੇ ਇੱਥੇ ਦਰਦ ਹੈ ਉਹ ਵੀ ਤੁਹਾਡੇ ਡਾਕਟਰ ਕਦੇ ਕਦੇ ਤੁਹਾਨੂੰ ਆ ਕੇ ਪੁੱਛਦੇ ਹੋਣਗੇ ਕਿ ਤੁਸੀਂ ਪੰਜਾਬ ਤੋਂ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ ਕਿ ਬਜ਼ੁਰਗ ਕੀ ਕਹਿੰਦੇ ਨੇ ਕਿ ਮੇਰਾ ਕੀ ਦੁੱਖ ਰਿਹਾ ਹਾਂਜੀ ਜਿੱਦਾਂ ਉਹ ਤੋਂ ਜੀਪੀ ਜਿੱਦਾਂ ਹੁੰਦਾ ਨਾ ਡਾਕਟਰ ਹੁੰਦਾ ਆਪਣਾ ਜਿਹੜਾ ਡਾਕਟਰ ਹੁੰਦਾ ਡਾਕਟਰ ਦੇ ਅਸੀਂ ਪਹਿਲਾਂ ਜਾਂਦੇ ਹਾਂ ਜਦੋਂ ਸਾਨੂੰ ਕੋਈ ਵੀ ਗੱਲ ਹੁੰਦੀ ਹੈ ਇੱਥੇ ਫਿਰ ਡਾਕਟਰ ਤੋਂ ਬਾਅਦ ਅਸੀਂ ਹਸਪੀਟਲ ਉਹ ਰਿਫਰ ਕਰਦੇ ਹਾਂ ਠੀਕ ਪਹਿਲਾਂ ਸਾਰਾ ਲਿਖ ਦਿੱਤਾ ਹੁੰਦਾ ਜਿੱਦਾਂ ਤੁਸੀਂ ਕਹਿ ਲਓ ਕਿ ਤੁਹਾਡੇ ਮੈਂ ਕਿੱਦਾਂ ਦੱਸਾਂ ਕਿ ਜਿੱਦਾਂ ਅਸੀਂ ਰਜਿਸਟਰਡ ਹੁੰਦੇ ਸਾਡੀ ਹਿਸਟਰੀ ਹੁੰਦੀ ਹੈ ਮੈਡੀਕਲ ਜੀ ਪਤਾ ਹੁੰਦਾ ਉਹਨਾਂ ਨੂੰ ਐਵਰੀਬਾਡ ਸਾਰੇ ਬੰਦੇ ਸਿਸਟਮ ਦੇ ਵਿੱਚ ਨੇ ਉਹਨਾਂ ਤਾਂ ਹੀ ਜੀਪੀ ਬਣਾਉਣਾ ਬਹੁਤ ਜ਼ਰੂਰੀ ਆ ਜਿਹੜੇ ਹੁਣ ਨਿਊ ਆ ਰਹੇ ਉਹਨਾਂ ਨੂੰ ਵੀ ਚਾਹੀਦਾ ਕਿ ਆਪਣਾ ਜੀਪੀ ਜ਼ਰੂਰ ਬਣਾਉਣ ਇਹਦੇ ਕੋਈ ਨੁਕਸਾਨ ਨਹੀਂ ਫਾਇਦਾ ਹੀ ਆ ਤੁਹਾਨੂੰ ਵਿੱਚ ਵਿੱਚ ਬੱਚੇ ਹੁੰਦੇ ਨੇ ਕੁਛ ਵੀ ਹੁੰਦਾ ਇਹ ਸਾਰਾ ਕੁਛ ਵਧੀਆ ਹੈ ਹਨਾ ਅਤੇ ਹਾਂਜੀ ਜੇ ਬਜ਼ੁਰਗਾਂ ਦੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਜਿੱਦਾਂ ਮੈਨੂੰ ਬਹੁਤ ਫਨੀ ਲੱਗੀ ਉਹ ਅਤੇ ਜਿੱਦਾਂ ਇੱਕ ਵਾਰੀ ਜਿੱਦਾਂ ਸਾਡੇ ਓਪਰੇਟ ਹੁੰਦੇ ਨੇ ਓਪਰੇਸ਼ਨ ਹੁੰਦੇ ਨੇ ਓਪਰੇਸ਼ਨ ਤੋਂ ਬਾਅਦ ਤੁਸੀਂ ਪੇਸ਼ੈਂਟ ਜਿੱਦਾਂ ਆਉਂਦੇ ਨੇ ਤਾਂ ਉਹ ਕਰਦੇ ਨੇ ਮਤਲਬ ਕਿ ਉਹਨਾਂ ਨੂੰ ਇੱਕ ਤੋਂ ਦੂਜੇ ਬੈੱਡ 'ਤੇ ਟ੍ਰਾਂਸਫਰ ਕਰਨਾ ਹੁੰਦਾ ਜਿੱਦਾਂ ਨਾ ਉਹ ਸਲਾਈਡਿੰਗ ਪੈਥ ਹੋ ਸਕਦਾ ਇੱਦਾਂ ਹੁੰਦੇ ਨੇ ਨਾ ਅਤੇ ਉਹ ਬਜ਼ੁਰਗ ਆਪਣੇ ਸੀਗੇ ਅਤੇ ਮੈਨੂੰ ਉੱਥੇ ਉਹਦੇ ਲਈ ਉਹਨਾਂ ਲਈ ਥੋੜ੍ਹਾ ਦੱਸਣਾ ਪੈਣਾ ਸੀ ਪੰਜਾਬੀ ਵਿੱਚ ਇੱਥੇ ਇੰਨੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਰੀਸ਼ੋਰਿੰਗ ਆ ਸਭ ਤੋਂ ਪਹਿਲਾਂ ਐਕਸਪਲੇਨ ਕਰਨਗੇ ਕੁਛ ਵੀ ਚੀਜ਼ ਹੋਊਗੀ ਨਾ ਸਭ ਤੋਂ ਪਹਿਲਾਂ ਜੋ ਡਾਕਟਰ ਜਾਂ ਕੁਛ ਵੀ ਆ ਉਹ ਤੁਹਾਨੂੰ ਦੱਸਣਗੇ ਵੀ ਇਹ ਸਾਰਾ ਕੁਛ ਇੱਦਾਂ ਇੱਦਾਂ ਹੋਣਾ ਆ ਫਿਰ ਕਰਨਗੇ ਜਿੱਦਾਂ ਮੈਂ ਕਿ ਇੰਡੀਆ ਦਾ ਮੈਨੂੰ ਹੁਣ ਵੀ ਪਤਾ ਕਿੱਦਾਂ ਸਿਸਟਮ ਹੈਗਾ ਕਿ ਉੱਥੇ ਤੋਂ ਸਿੱਧਾ ਟੀਕਾ ਲਾ ਦਿੰਦੇ ਜਿੱਦਾਂ ਜਿੰਨਾ ਕੁ ਮੈਨੂੰ ਯਾਦ ਸੀ ਪਹਿਲੇ ਟਾਈਮ ਦਾ ਦੇਖੋ ਮੈਂ ਥੋੜ੍ਹਾ ਜਿਹਾ ਤੁਹਾਨੂੰ ਰੋਕ ਕੇ ਦੱਸ ਦੇਵਾਂ ਕਿ ਇੱਥੇ ਕੀ ਹੁੰਦਾ ਕਿ ਇੰਨੀ ਕੁ ਗੱਲ ਦੱਸੀ ਜਾਂਦੀ ਹੈ ਕਿ ਤੁਹਾਡਾ ਇਸ ਚੀਜ਼ ਦਾ ਜਿਹੜਾ ਓਪਰੇਟ ਹੋਣਾ ਇੰਨੀ ਫੀਸ ਲੱਗ ਜਾਣੀ ਹੈ ਅਤੇ ਇੰਨੇ ਦਿਨ ਲੱਗ ਜਾਣੇ ਆ ਬਸ ਜ਼ਿਆਦਾ ਐਕਸਪਲੇਨ ਨਹੀਂ ਕੀਤਾ ਜਾਂਦਾ ਕਿਸੇ ਨੂੰ ਵੀ ਕਿ ਇਹ ਕਿਉਂ ਹੋਣਾ ਹੈ ਇਸ ਤੋਂ ਬਾਅਦ ਕੀ ਹੋਊਗਾ ਮੇਰੇ ਖਿਆਲ ਦੇ ਨਾਲ ਮੈਂ ਜਿੰਨਾ ਕੁ ਪੜ੍ਹਿਆ ਸੁਣਿਆ ਕਿ ਇੱਥੇ ਪੂਰੀ ਦੀ ਪੂਰੀ ਇਨਫੋਰਮੇਸ਼ਨ ਪਹਿਲਾਂ ਪਾਸ ਹੁੰਦੀ ਹੈ ਫਿਰ ਉਸ ਤੋਂ ਬਾਅਦ ਜਾ ਕੇ ਕੋਈ ਐਗਰੀ ਕਰਦਾ ਜਾਂ ਐਗਰੀ ਕਰਵਾਉਣ ਦੇ ਲਈ ਕਨਵਿੰਸ ਕਰਾਇਆ ਜਾਂਦਾ ਫਿਰ ਜਾ ਕੇ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਕੀਤਾ ਜਾਂਦਾ ਇੱਥੇ ਕੀ ਹੁੰਦਾ ਕਿ ਇੱਕ ਫੋਰਮ ਹੁੰਦਾ ਹਾਲਾਂਕਿ ਉਹ ਵੀ ਐਗਰੀ ਕਰਵਾਉਣ ਦੇ ਲਈ ਹੁੰਦਾ ਬਸ ਸਿੱਧੇ ਦਾ ਸਿੱਧਾ ਉਹ ਪਹੁੰਚ ਜਾਂਦਾ ਬਹੁਤਿਆਂ ਨੂੰ ਤਾਂ ਉਹਦੇ ਵਿੱਚ ਮੇਰੇ ਵਰਗੇ ਨੂੰ ਲੈਂਗੁਏਜ ਦੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਉਹ ਇੰਗਲਿਸ਼ ਵਿੱਚ ਜਾਂ ਹਿੰਦੀ ਵਿੱਚ ਹੁੰਦਾ ਪੰਜਾਬ ਵਿੱਚ ਵੀ ਈਵਨ ਕਈ ਥਾਵਾਂ ਦੇ ਉੱਤੇ ਪੰਜਾਬੀ ਵਿੱਚ ਵੀ ਅਵੇਲੇਬਲ ਹੈ ਪਰ ਇੰਗਲਿਸ਼ ਵਿੱਚ ਜ਼ਿਆਦਾ ਹੈ ਕਹਿ ਦਿੱਤਾ ਜਾਂਦਾ ਜੀ ਤੁਸੀਂ ਇਹਨਾਂ ਦੇ ਮਤਲਬ ਨਾਲ ਜੁੜੇ ਹੋਏ ਹੋ ਫੈਮਿਲੀ ਮੈਂਬਰ ਹੋ ਤੁਸੀਂ ਇਹਦੇ ਵਾਰਸ ਹੋ ਜਾਂ ਇਹਨਾਂ ਦੇ ਪਤੀ ਹੋ ਤਾਂ ਤੁਸੀਂ ਇਹਦੇ ਉੱਤੇ ਸਾਈਨ ਆ ਜਿਹੜੇ ਉਹ ਕਰ ਦਿਓ ਕਹਿਣ ਦਾ ਭਾਵ ਕਿ ਤੁਸੀਂ ਰਿਟਰਨ ਵਿੱਚ ਪਰਮਿਸ਼ਨ ਲੈ ਲਈ ਅਤੇ ਉਸ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਆ ਉਹ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਯੂਕੇ ਦੀ ਗੱਲ ਮੇਰੇ ਨਾਲ ਕੰਟੀਨਿਊ ਕਰਿਓ ਕਿ ਇੱਥੇ ਕਿਸ ਤਰੀਕੇ ਨਾਲ ਹੁੰਦਾ ਜੀ ਹਾਂਜੀ ਕੰਸੈਂਟ ਫਾਰਮ ਹੁੰਦਾ ਜਿਹਦੇ ਸਾਈਨ ਕਰਾਉਂਦੇ ਆ ਪਰ ਪੇਸ਼ੈਂਟ ਦੇ ਸਾਈਨ ਹੁੰਦੇ ਆ ਪੇਸ਼ੈਂਟ ਨੂੰ ਐਕਸਪਲੇਨ ਕੀਤਾ ਜਾਂਦਾ ਆ ਕਿ ਇਹ ਕਰਨ ਲੱਗੇ ਆ ਤੇ ਤੁਸੀਂ ਹੈਪੀ ਆ ਅਸੀਂ ਕਰ ਸਕਦੇ ਹਾਂ ਜੇ ਪੇਸ਼ੈਂਟ ਲਿਖਦਾ ਸਾਈਨ ਕਰਦਾ ਤੇ ਫਿਰ ਉਹ ਕਰਨਗੇ ਤੁਹਾਡੀ ਮਰਜ਼ੀ ਤੋਂ ਬਿਨਾਂ ਨਹੀਂ ਕੁਛ ਕਰਨਗੇ ਹਾਂਜੀ ਤੇ ਔਰ ਪੂਰਾ ਐਕਸਪਲੇਨ ਪੂਰਾ ਹੀ ਦੱਸਿਆ ਜਾਊਗਾ ਇਕੱਲੀ ਇਕੱਲੀ ਗੱਲ ਦੱਸੀ ਜਾਊਗੀ ਔਰ ਸਾਰਾ ਕੁਛ ਜਿੱਦਾਂ ਤੁਸੀਂ ਇੱਕ ਪਹਿਲਾਂ ਸੋਰੀ ਗੱਲ ਕੀਤੀ ਸੀ ਕਿ ਉਹ ਇੱਥੋਂ ਮੈਡੀਸਨਸ ਲੈ ਜਾਂਦੇ ਨੇ ਉੱਥੇ ਜਾ ਕੇ ਸਾਰਿਆਂ ਨੂੰ ਦੇ ਦਿੰਦੇ ਨੇ ਪਰ ਇੱਥੇ ਤਾਂ ਬਹੁਤ ਚੈੱਕ ਕਰਦੇ ਨੇ ਕਿ ਕਿਸੇ ਚੀਜ਼ ਤੋਂ ਕੋਈ ਅਲਰਜਿਕ ਤੋਂ ਨਹੀਂ ਹੈਗੀ ਕੋਈ ਮੈਡੀਸਨ ਕੋਈ ਅਲਰਜ ਰਿਐਕਸ਼ਨ ਤੋਂ ਨਹੀਂ ਕਰ ਰਹੀ ਪਹਿਲਾਂ ਚੈਕਿੰਗ ਹਾਂਜੀ ਇੱਦਾਂ ਨਹੀਂ ਦੇਣੀ ਚਾਹੀਦੀ ਇੱਦਾਂ ਨਹੀਂ ਦਿੰਦੇ ਜਿੱਦਾਂ ਨਾ ਤੇ ਅੱਜ ਦੂਜੀ ਗੱਲ ਜਿਹੜੀ ਤੁਸੀਂ ਪੁੱਛ ਰਹੇ ਹੋ ਕਿ ਉਹ ਜਿੱਦਾਂ ਬਜ਼ੁਰਗਾਂ ਦੀ ਹੈ ਨਾ ਜੀ ਸੋਰੀ ਬਜ਼ੁਰਗਾਂ ਦੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣ ਲੱਗੀ ਸੀਗੀ ਬਹੁਤ ਫਨੀ ਸੀਗੀ ਜੀ ਕਿ ਉਹ ਅੰਕਲ ਜੀ ਨੂੰ ਲੈ ਕੇ ਆਉਂਦਾ ਤੇ ਉੱਥੇ ਜਿੱਦਾਂ ਟੀਮ ਵਰਕ ਹੁੰਦਾ ਜਦੋਂ ਤੁਸੀਂ ਪੇਸ਼ੈਂਟ ਨੂੰ ਇੱਕ ਥਾਂ ਤੋਂ ਦੂਜੀ ਥਾਂ ਟ੍ਰਾਂਸਫਰ ਕਰਨਾ ਹੈਗਾ ਇੱਕ ਬੈੱਡ ਤੋਂ ਦੂਜੀ ਬੈੱਡ ਤੇ ਕਰਨਾ ਉਹ ਬਜ਼ੁਰਗ ਹੋਸ਼ ਵਿੱਚ ਸੀਗੇ ਪਰ ਜਿੱਦਾਂ ਉਹਨਾਂ ਦਾ ਬੋਟਮ ਪਰ ਲੈਗਸ ਵਗੈਰਾ ਉਹ ਨਮ ਹੁੰਦੀਆਂ ਸੀਗੀਆਂ ਜੋ ਵੀ ਉਹਨਾਂ ਦੀ ਸਿਚੁਏਸ਼ਨ ਤੇ ਉਹਨਾਂ ਨੂੰ ਕਿਹਾ ਗਿਆ ਕਿ ਅੱਛਾ ਜੀ ਉਹ ਕਹਿੰਦੇ ਕਿ ਦੋ ਜਣੇ ਉੱਧਰ ਖੜੇ ਹੋਏ ਦੋ ਜਣੇ ਫੋਰ ਪੀਪਲ ਹੁੰਦੇ ਨੇ ਕਰਨ ਦੇ ਲਈ ਅਸੀਂ ਚਾਰ ਲੋਕੀ ਹੁੰਦੇ ਉਹਨਾਂ ਨੂੰ ਕਰਨ ਦੇ ਲਈ ਇੱਕ ਥਾਂ ਦੂਜੀ ਥਾਂ
ਉਹਨਾਂ ਨੂੰ ਦੱਸਿਆ ਕਿ ਅੰਕਲ ਜੀ ਨੂੰ ਵੀ ਤੁਸੀਂ ਆਪਣੇ ਨਾ ਜਿਹੜੀਆਂ ਆਰਮਸ ਆ ਕ੍ਰੋਸ ਇਹਦਾ ਚੈਸਟ ਦੇ ਕਰ ਲਓ ਜੀ ਸੇਫਟੀ ਲਈ ਹੈ ਨਾ। ਅਤੇ ਉਹ ਬਾਬਾ ਅੱਛਾ ਜੀ ਉਹ ਫਿਰ ਕਰ ਗਏ, ਜਿਹੜਾ ਉਹ ਖੜ੍ਹੇ ਹੋ ਗਏ ਸਾਰਿਆਂ ਨੇ ਕੀਤਾ ਅਤੇ ਆਪਣਾ ਜੋ ਵੀ ਹੁੰਦਾ ਉਹਨਾਂ ਦਾ ਰੂਟੀਨ ਅਤੇ ਉਹ ਕਰ ਗਏ। ਅੱਛਾ ਜੀ ਤੋ ਅੰਕਲ ਜੀ ਬਾਅਦ 'ਚ ਕਹਿੰਦੇ ਕਿ ਕਹਿੰਦੇ ਹੈ ਨਾ ਬਸ ਪੁੱਤ ਆਹ ਹੀ ਗੱਲ ਸੀਗੀ ਮੈਨੂੰ ਦੱਸ ਦੇ, ਮੈਂ ਉੱਠ ਕੇ ਕਹਿੰਦੇ ਇੱਕ ਬੈੱਡ ਤੋਂ ਦੂਜੇ ਬੈੱਡ ਦੇ ਹੋ ਜਾਣਾ, ਮੈਂ ਕਿਹਾ ਪਤਾ ਨਹੀਂ ਕਿਹੜਾ ਜਹਾਜ਼ ਉੱਡਣ ਲੱਗਾ ਆ ਬਹੁਤ ਹਾਸਾ ਸੀਗਾ। ਮੈਂ ਕਿਹਾ ਨਹੀਂ ਤੁਸੀਂ ਨਹੀਂ ਉੱਠ ਸਕਦੇ ਅਜੇ ਨਾ, ਪਰ ਬਹੁਤ ਹਾਸਾ ਸੀਗਾ। ਕਹਿੰਦਾ ਮੈਂ ਕਿਹਾ ਪਤਾ ਨਹੀਂ ਇੰਨੇ ਗੋਰੇ ਕਿਉਂ ਇਕੱਠੇ ਹੋਏ ਆ, ਕਿਲਾ ਮੈਨੂੰ ਦੱਸ ਦੇ ਕਹਿੰਦਾ ਮੈਂ ਇੱਕ ਬੈੱਡ ਤੋਂ ਦੂਜੇ, ਟ੍ਰੀਟਮੈਂਟ ਕੀਤਾ ਜਾਣਾ। ਪ੍ਰੈਫਰੈਂਸ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਵੀ ਸਮਝਦੇ ਨੇ ਪੇਸ਼ੈਂਟ। ਕਈ ਲੋਕ ਇੰਡੀਆ ਦੇ ਵਿੱਚ ਇਲਾਜ ਕਰਾਉਣ ਆਉਂਦੇ ਨੇ ਕੈਨੇਡਾ ਤੋਂ ਅਮੈਰੀਕਾ ਤੋਂ, ਈਵਨ ਤੁਸੀਂ ਦੱਸ ਸਕਦੇ ਹੋ ਕਿ ਯੂਕੇ ਤੋਂ ਆਉਂਦੇ ਨੇ ਜਾਂ ਨਹੀਂ ਆਉਂਦੇ ਨੇ। ਤਾਂ ਜਦੋਂ ਇੱਥੇ ਪੁੱਛਿਆ ਜਾਂਦਾ ਕਿ ਤੁਹਾਡੇ ਤਾਂ ਉੱਥੇ ਮੈਡੀਕਲ ਸਿਸਟਮ ਬਹੁਤ ਵਧੀਆ, ਉਹ ਕਹਿੰਦੇ ਜੀ ਵੇਟਿੰਗ ਹੀ ਬਹੁਤ ਆ, ਸਾਨੂੰ ਡਾਕਟਰ ਨੇ 1 ਸਾਲ ਕਿਹਾ, 2 ਸਾਲ ਕਹੇ ਆ, 1.5 ਸਾਲ ਕਿਹਾ, ਅਤੇ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਜਿਹੜਾ ਬਹੁਤ ਜ਼ਿਆਦਾ ਸੀਰੀਅਸ ਹੈ। ਤੁਹਾਨੂੰ ਨਹੀਂ ਜਾਪਦਾ ਕਿ ਇਹ ਪ੍ਰੈਫਰੈਂਸ ਕਰਕੇ ਜਿਹੜਾ ਪੰਜਾਬ ਹੈ ਉਹ ਵੀ ਕਿਤੇ ਨਾ ਕਿਤੇ ਮੈਡੀਕਲ ਹੱਬ ਬਣ ਗਿਆ, ਬਹੁਤ ਸਾਰੇ ਪ੍ਰਵਾਸੀ ਨੇ ਜਿਹੜੇ NRI ਨੇ ਉਹ ਇੱਥੇ ਆਉਂਦੇ ਨੇ ਆਪਣੇ ਟ੍ਰੀਟਮੈਂਟ ਦੇ ਲਈ। ਹਾਂਜੀ ਜਿੱਦਾਂ ਇਹ ਗੱਲ ਹੈਗੀ ਹੈ ਕਿ ਇੱਥੇ ਵੇਟਿੰਗ ਲਿਸਟ ਹੁੰਦੀ ਹੈ, ਬਿਕੋਜ਼ ਜੀ ਇੱਥੇ ਸਾਰਿਆਂ ਲਈ ਈਕੁਅਲ ਆ, ਸਾਰਿਆਂ ਲਈ ਜਿਹੜੇ ਰੂਲਸ ਨੇ ਉਹ ਫੇਅਰ ਆ, ਜਿੱਦਾਂ ਕਿਸੇ ਦੀ ਉਹ ਨਹੀਂ ਕੀਤਾ ਜਾਊਗਾ, ਮਤਲਬ ਕਿ ਇਹ ਜਾਣ ਪਛਾਣ ਇਹਨੂੰ ਪਹਿਲਾਂ ਜਾਂ ਆਪਾਂ ਕਹਿੰਦੇ ਹਾਂ ਨਾ, ਇੱਦਾਂ ਨਹੀਂ ਹੈਗਾ। ਇੱਥੇ ਪ੍ਰਾਇਓਰਿਟੀ ਹੈ, ਜਿਹੜਾ ਬੰਦਾ ਜ਼ਿਆਦਾ ਸੀਰੀਅਸ ਆ, ਜਿਹਨੂੰ ਜ਼ਿਆਦਾ ਪਹਿਲਾਂ ਦੁੱਖ ਜ਼ਿਆਦਾ ਹੋ ਸਕਦਾ ਉਹਨੂੰ ਪਹਿਲਾਂ ਟ੍ਰੀਟ ਕੀਤਾ ਜਾਊਗਾ, ਹੈ ਨਾ। ਜਾਂ ਫਿਰ ਕਿਊ ਆ, ਸੋਰੀ, ਜਿੱਦਾਂ ਜਿੱਦਾਂ ਤੁਸੀਂ ਆਏ ਆ, ਤੁਸੀਂ ਆਪਣਾ ਦੱਸਿਆ ਆਪਣੇ ਬਾਰੇ 'ਚ ਕਿ ਮੇਰੇ ਕੋਲ ਇਹ ਪ੍ਰੋਬਲਮਸ ਆ, ਜੇ ਤੁਸੀਂ ਪਹਿਲਾਂ ਆਏ ਆ ਤਾਂ ਤੁਹਾਨੂੰ ਪਹਿਲਾਂ ਦੇਖਿਆ ਜਾਊਗਾ ਤੁਹਾਡੇ ਅਕੋਰਡਿੰਗ ਟੂ ਤੁਹਾਡੇ ਪ੍ਰੋਬਲਮ ਦੇ ਜੀ। ਅਤੇ ਜੇ ਮੇਰੀ ਮੈਂ ਆ ਅਤੇ ਜੇ ਪਿਛਲਾ ਬੰਦਾ ਉਹਨੂੰ ਉਹ ਤੋਂ ਜ਼ਿਆਦਾ ਸੀਰੀਅਸ ਪਹਿਲਾਂ ਵਿਚਾਰੇ ਨੂੰ ਕੁਛ ਹੋ ਸਕਦਾ ਆ ਜਿੱਦਾਂ ਕਹਿ ਲਓ, ਤਾਂ ਫਿਰ ਉਹਨੂੰ ਪਹਿਲਾਂ ਦੇਖਿਆ ਜਾਊਗਾ। ਪਰ ਹਾਂਜੀ ਉਹ ਦੇਖ ਕੇ ਹੀ ਡਿਸੀਜ਼ਨ ਲੈਂਦੇ ਨੇ ਕਿ ਕਿਹਨੂੰ ਕਿੱਦਾਂ ਕਰਨਾ ਆ। ਹਾਂਜੀ ਅੱਛਾ, ਤੁਹਾਡੇ ਇੱਥੇ ਸਾਡੇ ਇੱਥੇ ਇੱਕ ਹੋਰ ਵੀ ਸਹੂਲਤ ਹੈਗੀ ਹੈ, ਉਹ ਤੁਹਾਡੇ ਹੈਣੀਗੇ ਕਿ ਇੱਥੇ MLA ਦਾ ਫੋਨ ਕਰਾ ਦਿਓ ਡਾਕਟਰ ਨੂੰ, MP ਦੀ ਸਿਫਾਰਿਸ਼ ਪਵਾ ਦਿਓ, ਜੇ ਕੋਈ OSD ਜਾਣਦਾ ਹੈ, ਕੋਈ PA ਸਾਹਿਬ ਜਾਣਦਾ ਤਾਂ ਉਹਨਾਂ ਤੋਂ ਕਹਾ ਦਿਓ, ਇਲਾਜ ਵਧੀਆ ਤਰੀਕੇ ਨਾਲ, ਆਪਰੇਸ਼ਨ ਤਿੱਕਰ ਵੀ ਕਹਿ ਦਿੱਤਾ ਜਾਂਦਾ ਕਿ ਸਾਡਾ ਬੰਦਾ ਹੈ ਆਪਰੇਸ਼ਨ ਵਧੀਆ ਕਰਨਾ ਅਤੇ ਇਹਨੂੰ ਪਹਿਲਾਂ ਦੇਖਣਾ। ਤੁਹਾਡੇ ਇਹ ਸਹੂਲਤ ਮੇਰੇ ਖਿਆਲ ਨਾਲ ਨਹੀਂ ਹੋਣੀ ਕਿ MLA ਸਾਹਿਬ ਦਾ ਫੋਨ, MP ਦੀ ਕੌਲ, OSD ਦੀ ਕੌਲ, ਕਿਸੇ PA ਦੀ ਕੌਲ ਚਲੀ ਜਾਵੇ ਅਤੇ ਉਸ ਤੋਂ ਬਾਅਦ ਆ ਜਿਹੜਾ ਇੱਕ ਤਰੀਕੇ ਨਾਲ ਸਿਫਾਰਿਸ਼ ਲੱਗ ਜਾਵੇ। ਜਿੱਦਾਂ ਇੱਕ ਤਾਂ ਹੈਗਾ ਕਿ ਜਿੱਦਾਂ ਤੁਸੀਂ ਵੇਟ ਕਰਨੀ ਆ, ਤੁਹਾਡੀ ਵੇਟ, ਤੁਹਾਡਾ ਨੰਬਰ ਆਉਣਾ, ਉੱਦਾਂ ਹੀ ਨੰਬਰ ਆਉਣਾ। ਇਕੱਲਾ ਇੱਕ ਹੁੰਦਾ ਕਿ ਇੱਕ ਪ੍ਰਾਈਵੇਟ ਇੰਸ਼ੋਰੈਂਸ ਹੁੰਦੀ ਆ, ਪਹਿਲਾਂ ਸਾਰਿਆਂ ਨੂੰ ਦੇਖਿਆ ਜਾਂਦਾ, ਸਭ ਸਾਰੇ ਸਿਸਟਮ ਦੇ ਵਿੱਚ ਨੇ, ਸਾਰੇ ਲੋਕ ਹੈਗੇ ਨੇ, ਮਤਲਬ ਕਿ ਡਾਕਟਰ ਉਹ ਜਦੋਂ ਚਾਹੁਣ ਡਾਕਟਰ ਨੂੰ ਮਿਲ ਸਕਦੇ ਨੇ, ਜਦੋਂ ਅਪਾਇੰਟਮੈਂਟ ਮਿਲਦੀ ਆ ਜਾਂਦੇ ਨੇ, ਆਪਣਾ ਦੱਸਦੇ ਨੇ। ਤੋ ਇਸੇ ਲਈ ਡਾਕਟਰਸ ਬੈਠੇ ਨੇ ਇੱਥੇ ਨਾ ਉਹਨਾਂ ਨੂੰ ਦੇਖਣ ਦੇ ਲਈ ਹੌਸਪੀਟਲ ਦੇ ਵਿੱਚ, ਜਿੰਨਾ ਲੰਬਾ ਟਾਈਮ ਹੈਗਾ ਹੈਗਾ। ਇਹ ਗੱਲ ਹੈਗੀ ਹੈ ਕਿ ਜੇ ਲੋੜ ਹੈ ਤਾਂ ਫਿਰ ਉਹਨਾਂ ਨੇ ਜਾਣਾ ਜਾਣਾ। ਪਰ ਹਾਂਜੀ ਇੱਕ ਪ੍ਰਾਈਵੇਟ ਇੰਸ਼ੋਰੈਂਸ ਹੁੰਦੀ ਆ, ਉਹ ਪ੍ਰਾਈਵੇਟ ਡਾਕਟਰ ਨੂੰ ਆਪਣੇ ਦੇ ਉਹ ਪੈਸੇ ਦਿੰਦੇ ਨੇ, ਥੋੜ੍ਹੇ ਇਸ ਚੀਜ਼ ਤੋਂ ਉੱਪਰ ਹੋ ਕੇ ਪੈਸੇ ਦਿੰਦੇ ਨੇ, ਅਤੇ ਉਹ ਪ੍ਰਾਈਵੇਟ ਇੰਸ਼ੋਰੈਂਸ ਹੁੰਦੀ ਜਿੱਦਾਂ ਉਹਨਾਂ ਦੀ ਨਾ, ਉਹ ਕਰਦੇ ਨੇ ਕਿਉਂਕਿ ਉਹ ਫੁੱਲ ਟਾਈਮ ਆਪਣੀ ਇੰਸ਼ੋਰੈਂਸ ਦੇ ਰਹੇ ਹੁੰਦੇ ਨੇ। ਇਹ ਇਕੱਲਾ ਹੁੰਦਾ, ਹੋਰ ਕੁਛ ਨਹੀਂ, ਸਿਫਾਰਿਸ਼ ਨਹੀਂ ਇੱਦਾਂ ਹੁੰਦੀ ਕਿ ਇਹ ਮੇਰਾ ਇਹ ਲੱਗਦਾ ਆ, ਮੇਰਾ ਇੱਦਾਂ ਆ, ਇੱਦਾਂ ਨਹੀਂ ਜੀ, ਇੱਦਾਂ ਦਾ ਕੁਛ ਨਹੀਂ ਇੱਥੇ ਹੈਗਾ। ਇਸ ਗੱਲ ਤੋਂ ਇਹ ਕੰਟਰੀਆਂ ਬਹੁਤ ਫੈਨ ਨੇ ਜਿੱਦਾਂ ਨਾ, ਅਤੇ ਇੱਥੇ ਬਹੁਤ, ਹਾਂਜੀ ਤੁਸੀਂ ਇੱਥੇ ਆਣ ਕੇ ਤੁਸੀਂ ਦੇਖੋ ਕਿ ਹਰ ਕਿਸੇ ਨੂੰ, ਜੇ ਮੈਂ ਬੱਸ ਵਿੱਚ ਪਹਿਲਾਂ ਚੜੀ ਆ ਤਾਂ ਸੀਟ ਮੇਰੀ ਆ, ਦੂਜੇ ਹਾਂ ਮੇਰੀ ਕਾਇੰਡਨੈਸ ਆ ਕਿ ਜੇ ਕੋਈ ਬਜ਼ੁਰਗ ਆ ਗਏ ਆ ਤਾਂ ਮੈਂ ਉਹਨਾਂ ਨੂੰ ਦੇ ਦੇਵਾਂ, ਦੈਟਸ ਮੇਰੀ ਗੱਲ ਆ, ਹੈ ਨਾ। ਉੱਦਾਂ ਨਹੀਂ ਇੱਥੇ ਹੈਗਾ ਜੇ, ਹਾਂਜੀ ਬਹੁਤ ਫੇਅਰ ਲਈ ਟ੍ਰੀਟ ਕੀਤਾ ਜਾਂਦਾ ਹਰੇਕ ਨੂੰ, ਇਹ ਬਹੁਤ ਵੱਡੀ ਗੱਲ ਹੈ ਨਾ ਕੰਟਰੀਜ਼ ਵਿੱਚ। ਇੱਕ ਕੰਪੈਰੀਜ਼ਨ ਹੋਰ ਆਪਾਂ ਕਰ ਲਈਏ ਕਿ ਗੌਰਮੈਂਟ ਮੈਡੀਕਲ ਸਿਸਟਮ ਅਤੇ ਪ੍ਰਾਈਵੇਟ ਮੈਡੀਕਲ ਸਿਸਟਮ। ਪਹਿਲੀ ਗੱਲ ਤਾਂ ਪ੍ਰਾਈਵੇਟ ਮੈਡੀਕਲ ਸਿਸਟਮ ਹੈ ਕਿੰਨਾ ਕੁ ਹੈ ਜਾਂ ਨਹੀਂ ਹੈ, ਨੰਬਰ 2 ਉਹਨਾਂ 'ਚ ਫਰਕ ਕਿੰਨਾ ਕੁ ਟ੍ਰੀਟਮੈਂਟ ਨੂੰ ਲੈ ਕੇ ਅਤੇ ਇਲਾਜ ਨੂੰ ਲੈ ਕੇ, ਕਿ ਸਸਤਾ ਮਹਿੰਗਾ ਚੰਗਾ ਮਾੜਾ, ਇਹ ਤੁਸੀਂ ਦੱਸ ਸਕਦੇ ਹੋ ਜੀ। ਚੰਗਾ ਮਾੜਾ ਇਲਾਜ ਤਾਂ ਸੇਮ ਹੈ ਜੀ, ਟ੍ਰੀਟਮੈਂਟ ਤਾਂ ਉਹੀ ਆਪਰੇਸ਼ਨ ਥੀਏਟਰ, ਹਾਂਜੀ ਉਹੀ ਆਪਰੇਸ਼ਨ ਥੀਏਟਰ ਉਸ ਬੰਦੇ ਲਈ ਹੋਣਾ ਜਿਹੜਾ NHS ਦੇ ਥਰੂ ਗਿਆ, ਅਤੇ ਜਿਹੜਾ NHS ਤੋਂ ਉੱਪਰ ਜਾ ਕੇ ਜਿਹਨੇ ਪ੍ਰਾਈਵੇਟਲੀ ਆਪਣੀ ਦਿੱਤੀ ਇੰਸ਼ੋਰੈਂਸ ਹੈ ਨਾ ਉਹ ਕੀਤੀ ਆ, ਅਤੇ ਉਹਦੇ ਲਈ ਵੀ ਉਹ ਥੀਏਟਰ ਉਹੀ ਹੋਊਗਾ, ਹੈ ਨਾ। ਹਾਂਜੀ ਹਾਂਜੀ ਟਾਈਮਿੰਗ ਦੀ ਗੱਲ ਹੋ ਜਾਂਦੀ ਹੈ ਨਾ, ਕਿ ਟਾਈਮ ਉਹਨਾਂ ਦੇ ਹੁੰਦਾ ਕਿ ਉਹਨਾਂ ਨੂੰ ਫਿਰ ਜਲਦੀ ਦੇਖ ਲਿਆ ਜਾਂਦਾ ਕਿ ਉਹਨਾਂ ਦਾ ਕੀ ਘੱਟ ਕਿਉਂ ਹੋਊਗਾ,
ਉਹ ਜਲਦੀ ਪਹੁੰਚ ਜਾਣਗੇ ਬਟ ਟ੍ਰੀਟਮੈਂਟ ਸੇਮ ਹੋਊਗੀ ਜੀ ਹਾਂਜੀ ਪੈਸੇ ਦਾ ਤਾਂ ਹੈ ਨਹੀਂ ਇੱਥੇ ਜੀ ਜੀ ਵਿਸ਼ੇਸ਼ ਤੌਰ ਤੇ ਕੋਈ ਵੱਖਰੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਮੈਂ ਜੇਕਰ ਉਹਦੀ ਗੱਲ ਕਰਾਂ ਕਿ ਵੱਖਰੇ ਤੌਰ ਤੇ ਵੀ ਕੋਈ ਚੱਲਦਾ ਹੈ ਪ੍ਰਾਈਵੇਟ ਸਿਸਟਮ ਇੱਥੇ ਜਿੱਦਾਂ ਆਪਾਂ ਡੈਂਟਿਸਟ ਡਿਪਾਰਟਮੈਂਟ 'ਚ ਮੈਂ ਓਰਲ ਸਰਜਰੀ 'ਚ ਮੇਰੀ ਪਹਿਲੀ ਜੋਬ ਸੀ ਫਸਟ ਜੋਬ ਜੀ ਜਿੱਦਾਂ ਤੁਸੀਂ ਕਹਿ ਲਓ ਕਿ ਡੈਂਟਲ ਡਿਪਾਰਟਮੈਂਟ ਜਾਂ ਡੈਂਟਿਸਟ ਨੇ ਨਾ ਉਹਦੇ ਵਿੱਚ ਜਿੱਦਾਂ 16 ਸਾਲ ਤੱਕ ਇੱਥੇ ਜਿਹੜੇ ਬੱਚੇ ਨੇ ਉਹਨਾਂ ਨੂੰ ਫ੍ਰੀ ਟ੍ਰੀਟਮੈਂਟ ਆ 16 ਸਾਲ ਤੱਕ ਕੋਈ ਪੈਸੇ ਨਹੀਂ ਦਿੰਦੇ ਹੈਗੇ ਉਹ ਤੋਂ ਬਾਅਦ ਮੈਨੂੰ ਯਾਦ ਨਹੀਂ ਜਦੋਂ ਕੰਮ ਕਰਨਾ ਸ਼ੁਰੂ ਕਰ ਲੈਂਦੇ ਫਿਰ ਹੁੰਦਾ ਕਿ ਟ੍ਰੀਟਮੈਂਟ ਉਹਨਾਂ ਦਾ ਹੁੰਦਾ ਜਿੱਦਾਂ ਮਦਰ ਕੋਲ ਬੇਬੀ ਹੋਇਆ ਉਹਨਾਂ ਦਾ ਵੀ ਆਈ ਥਿੰਕ 1 ਸਾਲ ਤੱਕ ਫ੍ਰੀ ਟ੍ਰੀਟਮੈਂਟ ਹੁੰਦਾ ਬਹੁਤ ਸਾਰੀਆਂ ਫੈਸਿਲਿਟੀਜ਼ ਨੇ ਇੱਥੇ ਜਿੱਦਾਂ ਬਹੁਤ ਕੀਤੀਆਂ ਹੋਈਆਂ ਨੇ ਚੀਜ਼ਾਂ ਕਿੱਦਾਂ ਹਾਂਜੀ ਦੰਦਾਂ ਦੇ ਲਈ ਲੋਕ ਇੱਦਾਂ ਕਰ ਲੈਂਦੇ ਨੇ ਕਿ ਮਤਲਬ ਕਿ ਅਸੀਂ ਇਹ ਪ੍ਰਾਈਵੇਟ ਹੁੰਦਾ ਕਈ ਵਾਰੀ ਕਿ ਜੇ ਤੁਸੀਂ ਇਹ ਠੀਕ ਕਰਾਉਣਾ ਤਾਂ ਤੁਹਾਨੂੰ ਪੇ ਕਰਨਾ ਪੈਂਦਾ ਹੈ ਜਿੱਦਾਂ ਜੀ ਅਤੇ ਜੇ ਤੁਸੀਂ ਐਨ ਐਚ ਤੇ ਜਾਂਦੇ ਫਿਰ ਨਹੀਂ ਪੇ ਕਰਨਾ ਪੈਂਦਾ ਪਰ ਜੇ ਪ੍ਰਾਈਵੇਟ ਡੈਂਟਿਸਟ ਆ ਉਹਦੇ ਵਿੱਚ ਲੋਕ ਜਿਹੜੇ ਚਾਹੁੰਦੇ ਨੇ ਉਹ ਕਰ ਲੈਂਦੇ ਆ ਜਿੱਦਾਂ ਜੇ ਚਾਹੁੰਦੇ ਆ ਕਿ ਸਾਨੂੰ ਇਹ ਚਾਹੀਦਾ ਜਾਂ ਕੋਈ ਪ੍ਰਾਈਵੇਟ ਪਲਾਸਟਿਕ ਸਰਜਰੀ ਕਰਾਉਣੀ ਆ ਫਿਰ ਉਹਦੇ ਲਈ ਉਹਨਾਂ ਦੀ ਆਪਣੀ ਚੁਆਇਸ ਆ ਜੀ ਉਹਦੇ ਵਿੱਚ ਨਹੀਂ ਹੈਗਾ ਹਾਂਜੀ ਆਖਰ ਦੇ ਉੱਤੇ ਮੈਂ ਆਖਰੀ ਸਵਾਲ ਪੁੱਛੂੰਗਾ ਤੁਹਾਡਾ ਵਕਤ ਬਹੁਤ ਜ਼ਿਆਦਾ ਕੀਮਤੀ ਹੈ ਕਿਉਂਕਿ ਤੁਹਾਡਾ ਵਕਤ ਡਾਲਰਾਂ ਦੇ ਵਿੱਚ ਪੌਂਡਾਂ ਦੇ ਵਿੱਚ ਹੁੰਦਾ ਅਤੇ ਸਾਡਾ ਵਕਤ ਰੁਪਿਆਂ ਦੇ ਵਿੱਚ ਹੁੰਦਾ ਤਾਂ ਕਰਕੇ ਪੌਂਡਾਂ ਵਾਲਾ ਵਕਤ ਵਾਕਈ ਕਹਿਣ ਨੂੰ ਨਹੀਂ ਸੱਚੀ ਮੁੱਚੀ ਹੀ ਕੀਮਤੀ ਹੁੰਦਾ ਮੈਂ ਆਖਰੀ ਸਵਾਲ ਕਰੂੰਗਾ ਜੇਕਰ ਤੁਸੀਂ ਲੰਡਨ ਦੇ ਮੈਡੀਕਲ ਸਿਸਟਮ ਵਿੱਚ ਕੋਈ 3-4 ਚੇਂਜ ਕਰਨੀਆਂ ਹੋਣ ਤਾਂ ਹਾਲੇ ਤੁਹਾਡੇ ਅਕੋਰਡਿੰਗ ਕਿਹੜੀਆਂ ਕੀਤੀਆਂ ਜਾ ਸਕਦੀਆਂ ਜਿੰਨਾ ਕੁ ਮੈਂ ਯੂਜ਼ ਟੂ ਹੋਈ ਹਾਂ ਇੱਥੇ ਸਿਸਟਮ ਦੇ ਨਾਲ ਆਪਾਂ ਇੰਡੀਆ ਤੋਂ ਆ ਕੇ ਇੱਥੇ ਜਿੱਦਾਂ ਹੈ ਨਾ ਅਤੇ ਬਹੁਤ ਫਰਕ ਲੱਗਦਾ ਜਿੱਦਾਂ ਹੈ ਨਾ ਕਿ ਚੇਂਜ ਨੂੰ ਤੋਂ ਕੀ ਮੀਨਸ ਇੰਨੀਆਂ ਜ਼ਿਆਦਾ ਫੈਸਿਲਿਟੀਜ਼ ਹੋਣੀਆਂ ਹਾਂਜੀ ਇਹ ਗੱਲ ਹੈਗੀ ਹੈ ਕਿ ਜਿੱਦਾਂ ਹੁਣ ਇੱਥੇ ਕਈ ਵਾਰ ਆਪਾਂ ਸੁਣੀਆਂ ਬਹੁਤ ਸਾਰੀਆਂ ਕੰਪਲੇਂਟਸ ਹੁੰਦੀਆਂ ਨੇ ਕਿ ਵੀ ਸਾਨੂੰ 3-4 ਆਵਰਸ ਬੈਠਣਾ ਪਿਆ ਉੱਥੇ ਜਦੋਂ ਅਸੀਂ ਐਮਰਜੈਂਸੀ ਜਾਂਦੇ ਹਾਂ ਹਾਂਜੀ ਹੈ ਨਾ ਅਤੇ ਉਹ ਹੁੰਦਾ ਕਿ ਸਾਰੇ ਲੋਕ ਆਏ ਹੁੰਦੇ ਨੇ ਉਹਨਾਂ ਨੂੰ ਕੋਈ ਤਾਂ ਪ੍ਰੋਬਲਮ ਹੁੰਦੀ ਤਾਂ ਹੀ ਉਹ ਐਮਰਜੈਂਸੀ ਇੱਕ ਡਿਪਾਰਟਮੈਂਟ ਹੈ ਇਨ ਦਾ ਹੋਸਪਿਟਲ ਦੇ ਵਿੱਚ ਜਿੱਥੇ ਤੁਸੀਂ ਪਹਿਲਾਂ ਜਾਂਦੇ ਜੇ ਕੋਈ ਤੁਹਾਨੂੰ ਇੱਕਦਮ ਕੋਈ ਗੱਲ ਹੋ ਗਈ ਤਾਂ ਤੁਸੀਂ ਆਪੂ ਜਾ ਸਕਦੇ ਹਾਂ ਕਿ ਤੁਸੀਂ ਐਂਬੂਲੈਂਸ ਨੂੰ ਨਹੀਂ ਫੋਨ ਕੀਤਾ ਤੁਸੀਂ ਆਪ ਜਾ ਸਕਦੇ ਜਾਂ ਮੇਰਾ ਕੰਨ ਬਹੁਤ ਜ਼ਿਆਦਾ ਦੁੱਖਣ ਲੱਗ ਗਿਆ ਜਾਂ ਕੁਛ ਵੀ ਪ੍ਰੋਬਲਮ ਹੋ ਗਈ ਮੇਰੇ ਹੱਥ 'ਤੇ ਸੱਟ ਲੱਗ ਗਈ ਥੋੜ੍ਹੀ ਜਿੱਦਾਂ ਚਲੇ ਗਏ ਸੀ ਅਤੇ ਉਹਦੇ ਵਿੱਚ ਹਾਂਜੀ ਜਿੱਦਾਂ ਹੁਣ ਕਹਿ ਲਓ ਕਿ ਜਿੱਦਾਂ ਆਪ ਅਸੀਂ ਦੇਖੀਏ ਇੰਡੀਆ ਤੋਂ ਜਿਹੜੇ ਆ ਰਹੇ ਨੇ ਉਹ ਸਟੂਡੈਂਟ ਨੇ ਜਾਂ ਐਜੂਕੇਸ਼ਨ ਲੈਣ ਆ ਰਹੇ ਨੇ ਪਰ ਡਾਕਟਰ ਬਹੁਤ ਜ਼ਿਆਦਾ ਨਹੀਂ ਡਾਕਟਰਾਂ ਦੀ ਬੜੀ ਘਾਟ ਹੈਗੀ ਆ ਹੈ ਨਾ ਅਤੇ ਫਿਰ ਇਸੇ ਲਈ ਸਾਨੂੰ ਜਿੱਦਾਂ ਕਹਿ ਲਓ ਇੱਕ ਹੀ ਬੰਦਾ ਹੁੰਦਾ ਦੇਖਣ ਵਾਲਾ 100 ਪੇਸ਼ੈਂਟ ਬੈਠਾ ਹੁੰਦਾ ਹੈ ਨਾ ਅਤੇ ਇੱਦਾਂ ਦੀ ਮਤਲਬ ਕਈ ਵਾਰੀ ਲੋਕ ਕਈ ਵਾਰੀ ਗੁੱਸੇ ਹੋ ਜਾਂਦੇ ਆ ਹੈ ਨਾ ਅਤੇ ਇੱਦਾਂ ਦੀਆਂ ਗੱਲਾਂ ਹੁੰਦੀਆਂ ਪਰ ਇਹ ਸਮਝਣਾ ਚਾਹੀਦਾ ਕਿ ਨਹੀਂ ਸਾਰੇ ਆਪਣੀ ਆਪਣੀ ਜੋਬ ਨਿਭਾ ਰਹੇ ਆ ਹੈ ਨਾ ਤਾਂ ਹਾਂਜੀ ਤਾਂ ਚੇਂਜ ਤਾਂ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਕਿ ਬਹੁਤ ਵਧੀਆ ਆ ਸਾਰਾ ਕੁਛ ਜਿੰਨਾ ਕੁਛ ਦੇਖਿਆ ਸੀ ਹਾਂਜੀ ਜੀ ਲੰਡਨ ਜਾਣ ਤੋਂ ਬਾਅਦ ਤੁਸੀਂ ਪੰਜਾਬ ਤਾਂ ਅਕਸਰ ਆਉਂਦੇ ਜਾਂਦੇ ਰਹਿੰਦੇ ਹੋਵੋਗੇ ਤੇ ਕਦੇ ਪੰਜਾਬ ਦੇ ਹਸਪੀਟਲਾਂ ਨੂੰ ਤੁਸੀਂ ਵਿਜ਼ਿਟ ਕੀਤਾ ਆ ਬਹੁਤਾ ਨਹੀਂ ਆ ਹੋਇਆ ਸਾਡੇ ਕੋਲੋਂ ਮੇਰੇ ਕੋਲੋਂ ਫੈਮਿਲੀ ਦੀਆਂ ਆਪਣੇ ਆਪਣੇ ਹੁੰਦੀਆਂ ਗੱਲਾਂ ਜਿੱਦਾਂ ਕੰਮ ਸਾਰਾ ਕੁਛ ਤਾਂ ਥੋੜ੍ਹਾ ਹੀ ਜਿੱਦਾਂ ਆਏ ਪਰ ਹਾਂਜੀ ਪਿੱਛੇ ਥੋੜ੍ਹਾ ਆਏ ਸੀਗੇ ਬਹੁਤ ਫਰਕ ਲੱਗਾ ਇੱਥੇ ਦੇ ਸਿਸਟਮ ਦੇ ਨਾਲੋਂ ਉੱਥੇ ਜਾਣਾ ਪਿਆ ਸਾਨੂੰ ਦੇਖਿਆ ਬਹੁਤ ਫਰਕ ਸੀਗਾ ਸੱਚੀ ਬਹੁਤ ਦੁੱਖ ਵੀ ਦੇਖਣ ਨੂੰ ਲੱਗਦਾ ਸੀਗਾ ਇੱਥੇ ਕਿਸੇ ਦੀ ਕੋਈ ਗੱਲ ਹੋ ਜਾਏ ਕੁਛ ਹੋ ਜਾਏ ਹੋਸਪਿਟਲ 'ਚ ਇਕੱਲਾ ਪੇਸ਼ੈਂਟ ਨੂੰ ਨਹੀਂ ਬਾਕੀ ਬੰਦਿਆਂ ਨੂੰ ਵੀ ਸਪੋਰਟ ਕੀਤਾ ਜਾਂਦਾ ਰਿਸਪੈਕਟ ਕੀਤੀ ਜਾਂਦੀ ਆ ਇੱਥੇ ਟਾਈਮਿੰਗ ਹੁੰਦਾ ਆਪਣਾ ਆਪਣਾ ਨਾ ਹਰ ਜਿੱਦਾਂ ਕਹਿ ਲਓ ਬੋਰਡ ਦਾ ਆਪਣਾ ਆਪਣਾ ਟਾਈਮ ਦਾ ਯੂਨਿਟ ਦਾ ਜਿੱਥੇ ਵੀ ਤੁਸੀਂ ਮੈਡੀਕਲ 'ਚ ਜਾਂਦੇ ਨਾ ਉਹਨਾਂ ਨੂੰ ਬਹੁਤ ਵਧੀਆ ਟ੍ਰੀਟ ਕਰਦੇ ਆ ਜੇ ਕੋਈ ਪ੍ਰੋਬਲਮ ਕਿਸੇ ਦੀ ਹੋਊਗੀ ਕਿਸੇ ਦੇ ਕੁਛ ਡੈਥ ਹੋ ਗਈ ਜਾਂ ਕੁਛ ਉਹ ਤੋਂ ਬਾਅਦ ਵੀ ਉਹਨਾਂ ਨੂੰ ਜਿੱਦਾਂ ਕਹਿ ਲਓ ਬੋਲਿਆ ਟਾਕਿੰਗ ਥੈਰੇਪੀ ਇੱਦਾਂ ਦੀਆਂ ਚੀਜ਼ਾਂ ਵੀ ਕੀਤੀਆਂ ਜਾਂਦੀਆਂ ਕਿ ਇਹ ਕਿਸੇ ਸੋਚਣ ਨਾਲ ਵੀ ਸਾਨੂੰ ਇਕੱਲਿਆਂ ਨੂੰ ਇੱਦਾਂ ਗੱਲ ਹੋ ਗਈ ਹੈ ਪਰ ਮੈਂ ਦੇਖਿਆ ਇੰਡੀਆ ਵਿੱਚ ਤਾਂ ਇੰਨੇ ਪੈਸੇ ਦੇ ਰਹੇ ਹੋ ਇੰਨਾ ਕੁਛ ਕਰ ਰਹੇ ਹੋ ਔਰ ਉਹ ਡਾਕਟਰਾਂ ਦੇ ਕੋਲ ਉਹਨਾਂ ਦੇ ਕੋਲ ਟਾਈਮ ਵੀ ਨਹੀਂ ਹੈਗਾ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਣ ਵੀ ਕਿਉਂ ਕੀ ਹੋਇਆ ਆ ਨਹੀਂ ਜੀ ਹੈ ਨਾ ਤੁਸੀਂ ਅੰਦਰ ਨਹੀਂ ਜਾ ਸਕਦੇ ਤੁਸੀਂ ਇੰਨਾ ਹੀ ਟਾਈਮ ਸੀ ਓਨਲੀ ਫਿਊ ਆਵਰ ਡਾਕਟਰ ਆਈ ਡੋਂਟ ਨੋ ਕਿੰਨੇ ਬਿਜ਼ੀ ਆ ਉਹ ਪਰ ਬਹੁਤ ਬਹੁਤ ਪ੍ਰਾਈਵੇਟ ਵੀ ਹੈਗਾ ਤੁਹਾਡਾ ਪਰ ਫਿਰ ਵੀ ਬਹੁਤ ਔਖਾ ਸੀਗਾ ਉੱਥੇ ਜਿੱਦਾਂ ਦੇਖਿਆ ਜੋ ਕਿ ਬਹੁਤ ਪਿੱਛੇ ਲੱਗੇ ਗੱਲ ਵਿੱਚ ਹਾਂਜੀ ਇੱਥੇ ਤੁਹਾਨੂੰ ਬਹੁਤ ਰਿਸਪੈਕਟ ਮਿਲਦੀ ਹੈ ਤੁਹਾਨੂੰ VIP ਵਾਂਗੂ ਟ੍ਰੀਟ ਕੀਤਾ ਜਾਂਦਾ ਹੈ ਕਿਸੇ ਵੀ ਪਰਸਨ ਨੂੰ ਕਿ ਹਰ ਪਰਸਨ ਨੂੰ ਦੱਸਿਆ ਜਾਊਗਾ ਐਕਸਪਲੇਨ ਕੀਤਾ ਜਾਊਗਾ ਹਰ ਗੱਲ ਦੇ ਲਈ ਸਪੋਰਟ ਵੀ ਕੀਤਾ ਜਾਂਦਾ ਹੈ ਹਾਂਜੀ ਬਹੁਤ ਸਪੋਰਟ ਹੈ ਇੱਥੇ
जी सरदीप जी, तुसीं वक्त कढ़िया साडे नाल जुड़े, बहुत सारियां गल्लां बातां, बहुत सारी जानकारी साडे दर्शकां दे नाल सांझी कीती, तुहाडा बहुत बहुत धन्नवाद जी। ਤੁਹਾਡਾ ਵੀ ਥੈਂਕ ਯੂ ਸਰ, ਥੈਂਕ ਯੂ।